ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੀਐਸਟੈਟ ਦੀ ਤਿਆਰੀ ਲਈ ਆਪਾਂ ਜਿਹੜੀ ਸੀਡੀਪੀ ਦੀ ਸੀਰੀਜ਼ ਆ ਉਹ ਲਗਾ ਰਹੇ ਹਾਂ ਜੀ ਸੀਡੀਪੀ ਦਾ ਜਿਹੜਾ ਸਿਲੇਬਸ ਹੈ ਉਹ ਆਲਮੋਸਟ ਸਾਰਾ ਕਵਰ ਹੋ ਚੁੱਕਿਆ ਹੈ ਜੀ ਪਾਰਟ ਏ ਆਪਾਂ ਸਾਰਾ ਕਵਰ ਕਰ ਚੁੱਕੇ ਹਾਂ ਅੱਜ ਆਪਾਂ ਜਿਹੜਾ ਚੈਪਟਰ ਕਰਨ ਜਾ ਰਹੇ ਹਾਂ ਉਹ ਹੈਗੇ ਨੇ ਜੀ ਆਪਣੇ ਕੋਲ ਤਿੰਨ ਚੈਪਟਰ ਠੀਕ ਹੈ ਪਾਰਟ A ਤੇ ਪਾਰਟ B অলমোਸਟ ਸਾਰਾ ਕਵਰ ਹੈ ਪਾਰਟ C ਦੇ ਵਿੱਚ ਆਪਾਂ ਨੇ ਜਿਹੜਾ ਹੈ ਅੱਜ ਜਿਹੜੇ ਚੈਪਟਰ ਕਵਰ ਕਰਨੇ ਨੇ ਉਹ ਕਰਨੇ ਨੇ ਪਹਿਲੇ 4 ਚੈਪਟਰ ਠੀਕ ਹੈ ਇਹ 4 ਚੈਪਟਰ ਕਵਰ ਕਰਨ ਤੋਂ ਬਾਅਦ ਸਿਰਫ 3 ਚੈਪਟਰ ਰਹਿ ਜਾਣਗੇ CDP ਦੇ ਇਸ ਤੋਂ ਬਾਅਦ ਫਿਰ ਆਪਣੀ ਸਾਰੀ CDP ਜਿਹੜੀ ਆ ਉਹ ਕੰਪਲੀਟ ਹੈ ਬਹੁਤ ਹੀ ਸੋਖਾ ਚੈਪਟਰ ਹੈ ਇਹ ਲੇਕਿਨ ਇੰਪੋਰਟੈਂਟ ਹੈ ਠੀਕ ਹੈ ਕਿਉਂਕਿ ਇਸ ਦੇ ਵਿੱਚ ਆਪਾਂ ਨੇ ਬੱਚਿਆਂ ਦੀ ਪੈਡਾਗੋਜੀ ਨੂੰ ਸਮਝਣਾ ਹੁੰਦਾ ਹੈ ਬੱਚੇ ਕਿਸ ਤਰੀਕੇ ਨਾਲ ਸਿੱਖਦੇ ਨੇ ਕਿਸ ਤਰੀਕੇ ਨਾਲ ਆਪਾਂ ਉਹਨੂੰ ਟੈਕਲ ਕਰਨਾ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਟੌਪਿਕ ਦੇ ਵਿੱਚ ਕਵਰ ਹੋ ਜਾਣਗੀਆਂ ਠੀਕ ਹੈ ਜੀ ਜੇਕਰ ਨਹੀਂ ਦੇਖਿਆ ਹੈਗੇ ਪਿਛਲੇ ਲੈਕਚਰਸ ਨਹੀਂ ਦੇਖੇ ਹੈਗੇ ਤਾਂ ਉਹਨਾਂ ਦੀ ਜਿਹੜੀ ਵੀਡੀਓਜ਼ ਦੇ ਲਿੰਕ ਨੇ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਡੇਲੀ ਕਲਾਸ ਵਾਈਜ਼ ਆਪਾਂ ਨੇ ਜਿਹੜੇ ਨੇ ਸਾਰੇ ਚੈਪਟਰ ਇੱਕ ਕਰਕੇ ਕਵਰ ਕੀਤੇ ਨੇ ਕਲੀਅਰ ਹੈ ਤਾਂ ਆਓ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਇਹ ਚੈਪਟਰ ਕਵਰ ਕਰਨ ਤੋਂ ਬਾਅਦ ਫਿਰ ਆਪਾਂ ਇਹ ਤਿੰਨੇ ਚੈਪਟਰ ਕਵਰ ਕਰਾਂਗੇ ਥੈਨ ਫਿਰ ਆਪਾਂ ਇੰਗਲਿਸ਼ ਦੀ ਪੈਡਾਗੋਜੀ ਜਿਹੜੀ ਆ ਉਹ ਕਵਰ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਹਾਂ ਇਸ ਟਾਪਿਕ ਦਾ ਪਹਿਲਾ ਪੁਆਇੰਟ ਹੈ ਹਾਊ ਚਿਲड्रन ਫੇਲ ਬੱਚੇ ਫੇਲ ਕਿਉਂ ਹੁੰਦੇ ਨੇ ਦੇਖੋ ਪੈਡਾਗੋਜੀ ਦਾ ਮਤਲਬ ਹੁੰਦਾ ਵੀ ਆਪਾਂ ਨੇ ਬੱਚਿਆਂ ਦੀ ਸਾਈਕੋਲੋਜੀ ਸਮਝਣੀ ਹੁੰਦੀ ਹੈ ਹਨਾ ਬੱਚੇ ਕਿਸ ਤਰੀਕੇ ਨਾਲ ਸਿੱਖਦੇ ਨੇ ਬੱਚੇ ਕਿਉਂ ਫੇਲ ਹੁੰਦੇ ਨੇ ਬੱਚਿਆਂ ਨੂੰ ਕਿਸ ਤਰੀਕੇ ਨਾਲ ਸਿਖਾਇਆ ਜਾ ਸਕਦਾ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੈਡਾਗੋਜੀ ਦੇ ਵਿੱਚ ਆਉਂਦੀਆਂ ਨੇ ਤਾਂ ਹਾਊ ਚਿਲड्रन ਫੇਲ ਦੀ ਜੇ ਆਪਾਂ ਗੱਲ ਕਰ ਲਈ ਕਿ ਬੱਚੇ ਕਿੱਥੇ ਜਾ ਕੇ ਜਿਹੜਾ ਕਹਿ ਲਓ ਵੀ ਆਪਦੇ ਆਪ ਨੂੰ ਨਿਰਾਸ਼ ਮਹਿਸੂਸ ਕਰਦੇ ਨੇ ਕਿਸ ਤਰੀਕੇ ਨਾਲ ਉਹ ਸਿੱਖਣ ਦੇ ਵਿੱਚ ਅਸਮਰਥ ਹੋ ਜਾਂਦੇ ਨੇ ਉਹਦੇ ਤੇ ਆਪਾਂ ਗੱਲ ਕਰਦੇ ਹਾਂ ਤਾਂ ਦੇਖੋ ਇੱਕ ਟਰਮ ਹੈ ਇਕੋਲੋਜੀ ਦੇ ਵਿੱਚ ਜਿਸ ਦਾ ਨਾਮ ਹੈ ਫੋਰਗੇਟਿੰਗ ਫੋਰਗੇਟਿੰਗ ਹੁੰਦਾ ਹੈ ਭੁੱਲਣਾ ਜਦੋਂ ਆਪਾਂ ਕੋਈ ਚੀਜ਼ ਭੁੱਲ ਜਾਂਦੇ ਆ ਆਪਾਂ ਨੂੰ ਹੁੰਦਾ ਨਾ ਵੀ ਹਾਂ ਉਹ ਚੀਜ਼ ਮੈਂ ਭੁੱਲ ਗਿਆ ਫੋਰਗੇਟ ਹੋ ਗਈ ਕਿ ਆਪਾਂ ਨੂੰ ਉਹਦੇ ਬਾਰੇ ਕੋਈ ਨੋਲੇਜ ਨਹੀਂ ਹੈਗੀ ਐਵੇਂ ਬੱਚੇ ਹੁੰਦੇ ਨੇ ਬੱਚਿਆਂ ਦੇ ਵਿੱਚ ਫੇਲ ਹੋਣ ਦਾ ਇੱਕ ਰੀਜ਼ਨ ਹੁੰਦਾ ਹੈ ਫੋਰਗੇਟਿੰਗ ਹੁਣ ਜਿਹੜਾ ਇਹ ਫੋਰਗੇਟਿੰਗ ਦਾ ਕਨਸੈਪਟ ਹੈ ਇਹ ਕਿਉਂ ਵਿੱਚ ਐਡ ਕੀਤਾ ਗਿਆ ਏ ਇਹਦੇ ਵਿੱਚ ਦੇਖੋ ਜੇਕਰ ਤੁਸੀਂ ਪੁਰਾਣੇ ਕੁਐਸਚਨਸ ਦੇਖੋ ਤਾਂ ਇਸ ਚੈਪਟਰ ਦੇ ਵਿੱਚੋਂ ਮੈਕਸਿਮਮ 4 ਤੋਂ 5 ਜਿਹੜੇ ਨੇ ਕੁਐਸਚਨ ਪੁੱਛੇ ਹੀ ਪੁੱਛੇ ਗਏ ਨੇ ਫੋਰਗੇਟਿੰਗ ਵਾਲੇ ਕਨਸੈਪਟ ਦੇ ਵਿੱਚੋਂ ਠੀਕ ਹੈ ਤਾਂ ਇਹ ਫੋਰਗੇਟਿੰਗ ਕਿਉਂ ਹੁੰਦਾ ਹੈ ਬੱਚੇ ਕਿਉਂ ਭੁੱਲਦੇ ਨੇ ਤਾਂ ਦੇਖੋ ਦੋ ਵਰਡ ਹੁੰਦੇ ਨੇ ਆਪਣੇ ਕੋਲ ਹਨਾ ਇੱਕ ਹੁੰਦਾ ਹੈ ਆਦਾਸ਼ਤਿਕ ਹੁੰਦਾ ਭੁੱਲਣਾ ਦੋਨੋਂ ਇੱਕ ਦੂਜੇ ਦੇ ਅਪੋਜ਼ਿਟ ਨੇ ਜੇਕਰ ਯਾਦ ਆਸ਼ਤ ਹੁੰਦਾ ਕਿਸੇ ਚੀਜ਼ ਨੂੰ ਯਾਦ ਰੱਖਣਾ ਮੈਮਰੀ ਹੋ ਗਿਆ ਹਨਾ ਭੁੱਲਣਾ ਹੁੰਦਾ ਫੋਰਗੇਟ ਕਰ ਲੈਣਾ ਭੁੱਲ ਜਾਣਾ ਤਾਂ ਭੁੱਲਣ ਦਾ ਅਰਥ ਹੁੰਦਾ ਹੈ ਕਿਸੇ ਵਿਚਾਰ ਨੂੰ ਕਿਸੇ ਗੱਲ ਨੂੰ ਜਦੋਂ ਆਪਾਂ ਮੋੜੀ ਯਾਦ ਨਹੀਂ ਕਰ ਪਾਉਂਦੇ ਇੱਕ ਤਰੀਕੇ ਨਾਲ ਦਿਮਾਗ ਦੇ ਵਿੱਚੋਂ ਖਤਮ ਹੋ ਜਾਂਦੀ ਹੈ ਜਾਂ ਭੁੱਲਣ ਦੇ ਵਿੱਚ ਆਪਾਂ ਕਹਿ ਲਓ ਵੀ ਆਪਣਾ ਜਿਹੜਾ ਦਿਮਾਗ ਹੈ ਪ੍ਰੋਪਰ ਕਹਿ ਲਓ ਵੀ ਆਪਣਾ ਯਾਦ ਰੱਖਣ ਦੇ ਵਿੱਚ ਕੰਮ ਨਹੀਂ ਕਰਦਾ ਭੁੱਲ ਜਾਂਦੇ ਆ ਉਹ ਸਾਰੀ ਚੀਜ਼ਾਂ ਫੋਰਗੇਟਿੰਗ ਦੇ ਵਿੱਚ ਆਉਂਦੀਆਂ ਨੇ ਠੀਕ ਹੈ ਤਾਂ ਬਹੁਤ ਸਾਰੇ ਸਾਈਕੋਲੋਜਿਸਟ ਨੇ ਆਪਣੇ ਆਪਣੇ ਜਿਹੜੇ ਨੇ ਵਿਚਾਰ ਦਿੱਤੇ ਨੇ ਠੀਕ ਹੈ ਜਿਨ੍ਹਾਂ ਵਿੱਚੋਂ ਇੱਕ ਐਬਿੰਗੋਸ ਇੱਕ ਜਿਹੜਾ ਕਹਿ ਲਓ ਵੀ ਸਾਈਕ ਜਿਸਟ ਹੋਏ ਨੇ ਉਹਨਾਂ ਨੇ ਇੱਕ ਗੱਲ ਕਹੀ ਹੈ ਉਹਨਾਂ ਨੇ ਇੱਕ ਆਪਣਾ ਜਿਹੜਾ ਕਹ ਲਓ ਐਕਸਪੈਰੀਮੈਂਟ ਤੋਂ ਬਾਅਦ ਇੱਕ ਰਿਜ਼ਲਟ ਕੱਢਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਮੰਨ ਲਓ ਅੱਜ ਆਪਾਂ ਕੋਈ ਚੀਜ਼ ਸਿੱਖ ਰਹੇ ਹਾਂ ਹੁਣ ਸਿੱਖੀ ਆਪਾਂ ਨੇ ਤਾਂ 20 ਮਿੰਟ ਦੇ ਬਾਅਦ ਕਹਿੰਦੇ ਮੰਨ ਲਓ ਜੇ ਆਪਾਂ ਨੇ ਕੋਈ ਚੀਜ਼ ਸਿੱਖੀ ਹੈ ਤਾਂ 20 ਮਿੰਟ ਦੇ ਬਾਅਦ ਕਹਿੰਦੇ ਉਹ ਜਿਹੜੀ ਚੀਜ਼ ਹੈ ਉਹ ਆਪਾਂ ਨੂੰ ਸਿਰਫ 72% ਯਾਦ ਰਹੇਗੀ ਕਿੰਨੀ ਯਾਦ ਰਹੇਗੀ 72% ਕੀਨੇ ਕਿਹਾ ਹੈ ਇਹ ਇੱਕ ਸਾਈਕੋਲੋਜਿਸਟ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਐਬਿੰਗਸ ਠੀਕ ਹੈ ਉਹਨਾਂ ਨੇ ਇਹ ਰਿਜ਼ਲਟ ਕੱਢਿਆ ਆਪਣੇ ਐਕਸਪੈਰੀਮੈਂਟ ਤੋਂ ਬਾਅਦ ਕਹਿੰਦੇ 20 ਮਿੰਟ ਬਾਅਦ ਉਹ ਚੀਜ਼ ਆਪਾਂ ਨੂੰ 72% ਯਾਦ ਰਹੇਗੀ ਜੇਕਰ ਉਸ ਚੀਜ਼ ਨੂੰ 1 ਘੰਟਾ ਬੀਤ ਗਿਆ ਇੱਕ ਘੰਟਾ ਪਹਿਲਾਂ ਆਪਾਂ ਨੇ ਕੁਝ ਚੀਜ਼ ਸਮਝੀ ਸੀ ਯਾਦ ਕੀਤੀ ਸੀ ਤਾਂ 1 ਘੰਟੇ ਬਾਅਦ ਆਪਾਂ ਨੂੰ 44% ਯਾਦ ਰਹੇਗੀ ਜੇਕਰ ਆਪਾਂ ਚੀਜ਼ ਨੂੰ 6 ਦਿਨ ਬਾਅਦ ਦੇਖਾਂਗੇ ਤੇ 6 ਦਿਨ ਬਾਅਦ ਆਪਾਂ ਨੂੰ 36% ਯਾਦ ਰਹੇਗੀ ਠੀਕ ਹੈ ਤੇ ਜਦੋਂ ਆਪਾਂ ਨੂੰ 1 ਮਹੀਨੇ ਬਾਅਦ ਦੇਖਾਂਗੇ ਤਾਂ ਉਹ ਆਪਾਂ ਨੂੰ 21% ਯਾਦ ਰਹੇਗੀ ਇਹ ਜਿਹੜੇ ਲੌਜੀਕ ਨੇ ਇਹ ਜਿਹੜਾ ਰਿਜ਼ਲਟ ਹੈ ਕਿਹਨੇ ਦਿੱਤਾ ਹੈ ਇਹ ਦਿੱਤਾ ਹੈ ਬਿੰਗਲਸ ਨੇ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਫੋਰਗੇਟਿੰਗ ਦਾ ਕਨਸੈਪਟ ਠੀਕ ਹੈ ਫੋਰਗੇਟਿੰਗ ਨੂੰ ਦੱਸਦੇ ਹੋਏ ਉਹਨਾਂ ਨੇ ਦੱਸਿਆ ਕਿ ਐਨੇ ਐਨੇ ਟਾਈਮ ਬਾਅਦ ਆਪਾਂ ਕਹਿ ਦਿੰਨੇ ਆ ਨਾ ਵੀ ਜੇ ਆਪਾਂ ਨੇ ਅੱਜ ਚੈਪਟਰ ਕਰਿਆ ਤਾਂ ਇਹਨੂੰ ਡੇਲੀ ਰਿਵਾਈਜ਼ ਕਰੋ ਐ ਨਹੀਂ ਹੈਗਾ ਵੀ ਅੱਜ ਆਪਾਂ ਨੇ ਕਰ ਲਿਆ ਤੇ ਆਪਾਂ ਦੋ ਦਿਨ ਕਰੀਏ ਨਾ ਫਿਰ ਉਹ ਆਪਾਂ ਨੂੰ ਰਿਵਾਈਜ਼ ਨਹੀਂ ਹੁੰਦਾ ਨਾ ਹੀ ਆਪਾਂ ਨੂੰ ਯਾਦ ਰਹਿੰਦੀਆਂ ਨੇ ਉਹ ਚੀਜ਼ਾਂ ਕਿਉਂ ਕਿਉਂਕਿ ਆਪਾਂ ਭੁੱਲ ਜਾਂਦੇ ਆ ਉਹ ਇਹੀ ਚੀਜ਼ ਫੋਰਗੇਟਿੰਗ ਦੇ ਵਿੱਚ ਹੈ ਠੀਕ ਹੈ ਫੋਰਗੇਟਿੰਗ ਦੀਆਂ ਦੇਖੋ ਰਾਜੇ ਕਿਸਮਾਂ ਹੁੰਦੀਆਂ ਨੇ ਕੀ ਹੁੰਦੀਆਂ ਨੇ ਟਾਈਪਸ ਆਫ ਫੋਰਗੇਟਿੰਗ ਹੁੰਦੀਆਂ ਨੇ ਸੌਰੀ ਫੋਰਗੇਟਿੰਗ ਦੇ ਟਾਈਪਸ ਹੁੰਦੀਆਂ ਨੇ ਉਹਦੇ ਵਿੱਚ ਜਿਹੜੀ ਕਹਿ ਲੋ ਵੀ ਸਾਰੀਆਂ ਟਾਈਪ ਸਿੱਖ ਦੂਜੇ ਨਾਲ ਮਿਲਦੀਆਂ ਜੁਲਦੀਆਂ ਨੇ ਲੇਕਿਨ ਥੋੜੇ ਥੋੜੇ ਬਰਕੀ ਅੰਤਰ ਨਾਲ ਜਿਵੇਂ ਪਹਿਲੀ ਹੈਗੀ ਨੋਰਮਲ ਜਾਂ ਫਿਰ ਨੇਚਰਲ ਫੋਰਗੇਟਿੰਗ ਸਧਾਰਨ ਜਾਂ ਫਿਰ ਕੁਦਰਤੀ ਭੁੱਲਣਾ ਜਨਰਲ ਹੁੰਦਾ ਆਮ ਨੇਚਰਲ ਸਧਾਰਨ ਇਹ ਦੋਨੋਂ ਸੇਮ ਨਹੀਂ ਨੇਚਰਲ ਜਾਂ ਫਿਰ ਜਨਰਲ ਜਾਂ ਫਿਰ ਆਮ ਠੀਕ ਹੈ ਇਦੇ ਵਿੱਚ ਕੀ ਹੁੰਦਾ ਦੇਖੋ ਆਪਾਂ ਹਰੇਕ ਗੱਲ ਹਰੇਕ ਘਟਨਾ ਯਾਦ ਨਹੀਂ ਰੱਖਦੇ ਕੁਝ ਭੁੱਲ ਜਾਂਦੇ ਆ ਸਮਾਂ ਲੰਘਣ ਦੇ ਨਾਲ ਕਈ ਗੱਲਾਂ ਜਿਹੜੀਆਂ ਕਹਿ ਲਓ ਵੀ ਜਦੋਂ ਪਰਿਪੀਟ ਨਹੀਂ ਕਰਦੇ ਉਹਨੇ ਦਿਮਾਗ ਦੇ ਵਿੱਚ ਖਤਮ ਹੋ ਜਾਂਦੀਆਂ ਨੇ ਹੌਲੀ ਹੌਲੀ ਆਪਣੀ ਜਿਹੜੀ ਆਦਤ ਪਾਵਰਾ ਮੱਧਮ ਹੋ ਜਾਂਦੀ ਆ ਉਹਨਾਂ ਚੀਜ਼ਾਂ ਨੂੰ ਲੈ ਕੇ ਠੀਕ ਹੈ ਇਸ ਤੋਂ ਇਲਾਵਾ ਸਾਨੂੰ ਕਈ ਹੋਰ ਕੰਮ ਵੀ ਕਰਨੇ ਪੈਂਦੇ ਨੇ ਜਿਹੜੇ ਕਿ ਪੁਰਾਣੀਆਂ ਚੀਜ਼ਾਂ ਨੂੰ ਯਾਦ ਰੱਖਣਾ ਹਨਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਰਿਪੀਟ ਕਰਦੇ ਆ ਪਰ ਰਿਵਾਈਜ਼ ਕਰਦੇ ਆ ਉਹ ਕੀ ਹੋ ਗਿਆ ਉਹ ਆਪਣਾ ਹੋ ਗਿਆ ਯਾਦ ਰੱਖਣਾ ਲੇਕਿਨ ਜਦੋਂ ਆਪਾਂ ਉਹਨਾਂ ਨੂੰ ਬਿਲਕੁਲ ਕਹਿ ਲਓ ਵੀ ਦਿਮਾਗ ਦੇ ਵਿੱਚੋਂ ਗਾਇਬੇ ਕਰ ਦ ਸਧਾਰਨ ਫੋਰਗੇਟਿੰਗ ਕਿਉਂ ਹੁੰਦਾ ਹੈ ਅੱਜ ਸੁਣ ਲਈ ਗੱਲ ਦੋ ਦਿਨ ਤਿੰਨ ਦਿਨ ਚਾਰ ਦਿਨ ਹਫਤਾਪਾਣ ਜੇ ਕੋਈ ਚਰਚਾ ਨਹੀਂ ਕਰੀ ਹੌਲੀ ਹੌਲੀ ਕੀ ਹੋ ਜਾਊਗਾ ਆਪਣੇ ਦਿਮਾਗ ਦੇ ਵਿੱਚੋਂ ਆਟੋਮੈਟਿਕ ਜਿਹੜੀ ਉਹ ਖਤਮ ਹੋ ਜੂਗੀ ਉਹਨੂੰ ਆਪਾਂ ਕਹਾਂਗੇ ਨੈਚੁਰਲ ਫੋਰਗੇਟਿੰਗ ਕਲੀਅਰ ਹੈ ਤੇ ਬੱਚਿਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਹੁੰਦੀ ਹੈ ਬੱਚਿਆਂ ਨੂੰ ਤੁਸੀਂ ਅੱਜ ਕਨਸੈਪਟ ਸਮਝਾਉਂਗੇ ਕੱਲ੍ਹ ਉਹਨਾਂ ਨੇ ਭੁੱਲ ਜਾਣਾ ਹੈ ਤੁਹਾਨੂੰ ਕੀ ਕਰਨਾ ਪੈਣਾ ਛੋਟੇ ਬੱਚਿਆਂ ਨੂੰ ਬਾਰ-ਬਾਰ ਬਾਰ-ਬਾਰ ਤਿੰਨ ਤੋਂ ਚਾਰ ਵਾਰ ਤੁਹਾਨੂੰ ਉਹਨੂੰ ਦੱਸਣਾ ਪਏਗਾ ਤਾਂ ਉਹ ਜਿਹੜਾ ਉਹਦੇ ਦਿਮਾਗ ਦੇ ਵਿੱਚ ਫਿਕਸ ਹੋਈ ਉਹ ਚੀਜ਼ ਕਲੀਅਰ ਹੈ ਸੈਕਿੰਡ ਟਾਈਪ ਹ ਮੋਰਬਿਡ ਵੀ ਕਹਿ ਦਿੰਨੇ ਆ ਮੋਰਬਿਡਿਆ ਨੇ ਵਿਕ੍ਰਿਤ ਹੋ ਗਿਆ ਐਬਨਾਰਮਲ ਅਸਧਾਰਨ ਹੋ ਗਿਆ ਇਹਨੂੰ ਪੈਥੋਲੋਜੀਕਲ ਕਹਿ ਲੋ ਵੀ ਸਾਈਕੋਲੋਜੀਕਲ ਵੀ ਜਿਹੜਾ ਕਹਿ ਸਕਦੇ ਆਪਾਂ ਜਿਹੜਾ ਇੱਥੇ ਲਿਖਿਆ ਹੋਇਆ ਹੈ ਸਾਈਕੋਲੋਜੀਕਲ ਫੋਰਗੇਟਿੰਗ ਵੀ ਕਹਿ ਸਕਦੇ ਆ ਠੀਕ ਹੈ ਦੂਜੇ ਵਾਲਾ ਤੇ ਪੰਜਵੇਂ ਵਾਲਾ ਇਹ ਦੋਨੋਂ ਜਿਹੜੀਆਂ ਨੇ ਸੇਮ ਨੇ ਇਹਦੇ ਵਿੱਚ ਕੀ ਹੁੰਦਾ ਹੈ ਇਹ ਜਿਹੜਾ ਵਿਚਾਰ ਹੈ ਇਹ ਦਿੱਤਾ ਸੀ ਜੀ ਫ੍ਰਾਈਡ ਦੇ ਦੁਆਰਾ ਠੀਕ ਹੈ ਉਸ ਦੇ ਅਨੁਸਾਰ ਕੁਝ ਚੀਜ਼ਾਂ ਜਿਹੜੀਆਂ ਨੇ ਆਪਾਂ ਆਪਣੇ ਅੰਦਰ ਦਿਮਾਗ ਦਿਮਾਗ ਦੇ ਵਿੱਚ ਕਹਿ ਲਓ ਵੀ ਆਪਾਂ ਦਿਮਾਗ ਨੂੰ ਬਾਰ ਬਾਰ ਕਹੀ ਜਾਂਦੇ ਆ ਵੀ ਇਹ ਚੀਜ਼ ਤੂੰ ਯਾਦ ਨਹੀਂ ਰੱਖਣੀ ਆਪਾਂ ਨੂੰ ਕੋਈ ਚੀਜ਼ ਹਰਟ ਕਰਦੀ ਹੈ ਤੇ ਆਪਾਂ ਬਾਰ ਬਾਰ ਕਹੀ ਜਾਂਦੇ ਆ ਵੀ ਤੂੰ ਭੁੱਲ ਜਾ ਭੁੱਲ ਜਾ ਆਪਣੇ ਆਪ ਨੂੰ ਕਹਿ ਦਿੰਨੇ ਆ ਨਾ ਭੁੱਲ ਜਾ ਲੇਕਿਨ ਜਦੋਂ ਆਪਾਂ ਬਾਰ ਬਾਰ ਉਹਨੂੰ ਕਹਿ ਦਿੰਨੇ ਆ ਭੁੱਲ ਜਾ ਭੁੱਲ ਜਾ ਭੁੱਲ ਜਾ ਤਾਂ ਉਹ ਭੁੱਲਣ ਦੀ ਬਜਾਏ ਦਿਮਾਗ ਦੇ ਵਿੱਚ ਫਿਕਸ ਹੋ ਜਾਂਦੀ ਹੈ ਤੇ ਆਪਾਂ ਉਹ ਚੀਜ਼ ਦੰਨੀ ਆ ਠੀਕ ਹੈ ਉਹਨੂੰ ਕੀ ਕਹਿੰਦੇ ਆ ਉਹਨੂੰ ਆਪਾਂ ਕਹਿੰਦੇ ਆ ਮੋਰਬਿਡ ਫੋਰਗੇਟਿੰਗ ਜਾਂ ਫਿਰ ਸਾਈਕੋਲੋਜੀਕਲ ਫੋਰਗੇਟਿੰਗ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਆ ਜਾਣਗੀਆਂ ਠੀਕ ਹੈ ਲਾਸਟ ਹੈ ਆਪਣੇ ਕੋਲ ਸਪੈਸੀਫਿਕ ਫੋਰਗੇਟਿੰਗ ਤੇ ਫਿਜ਼ੀਕਲ ਸਪੈਸੀਫਿਕ ਯਾਨੀ ਖਾਸ ਤੌਰ ਤੇ ਖਾਸ ਤੌਰ ਤੇ ਫੋਰਗੇਟਿੰਗ ਹੁੰਦੀ ਹੈ ਵੀ ਜਿਹੜੀ ਚੀਜ਼ ਨੂੰ ਆਪਾਂ ਖਾਸ ਤੌਰ ਤੇ ਭੁੱਲਣਾ ਚਾਹੁੰਦੇ ਆ ਤੇ ਆਪਾਂ ਨੂੰ ਭੁੱਲ ਜਾਣੀਆਂ ਕੋਈ ਇੰਪੋਰਟੈਂਟ ਚੀਜ਼ ਹੋਗੀ ਠੀਕ ਹੈ ਫਿਜ਼ੀਕਲ ਫੋਰਗੇਟਿੰਗ ਯਾਨੀ ਆਪਣੇ ਜਿਹੜਾ ਕਹ ਲੋ ਸਰੀਰਕ ਪੱਖੋਂ ਚੀਜ਼ਾਂ ਨੂੰ ਆਪਾਂ ਭੁੱਲ ਜਾਂਦੇ ਆ ਉਹ ਚੀਜ਼ਾਂ ਨੂੰ ਠੀਕ ਹੈ ਜਿਵੇਂ ਦੇਖੋ ਐਗਜ਼ਾਮਪਲ ਦੇ ਤੌਰ ਤੇ ਆਪਾਂ ਲੈ ਕੇ ਚੱਲੀਏ ਆਪਾਂ ਨੂੰ ਕੋਈ ਦੋਸਤ ਮਿਲਿਆ ਆਪਾਂ ਨੂੰ ਕੋਈ ਵਿਅਕਤੀ ਮਿਲਿਆ ਆਪਾਂ ਨੇ ਅੱਜ ਉਹਦਾ ਨਾਮ ਪੁੱਛ ਲਿਆ ਲੇਕਿਨ ਆਪਾਂ ਨੂੰ ਕੱਲ ਨੂੰ ਯਾਦ ਨਹੀਂ ਹੈਗਾ ਤਾਂ ਉਹ ਸਾਰੀਆਂ ਚੀਜ਼ਾਂ ਕਿਹਦੇ ਵਿੱਚ ਆ ਗਈਆਂ ਫਿਜ਼ੀਕਲ ਫੋਰਗੇਟਿੰਗ ਦੇ ਵਿੱਚ ਆ ਗਈਆਂ ਤਾਂ ਇਹ ਕੁਝ ਟਾਈਪਸ ਹੁੰਦੀਆਂ ਨੇ ਜੀ ਫੋਰਗੇਟਿੰਗ ਦੀਆਂ ਜਿਹੜੀ ਹੈ ਕਿ ਬੱਚਿਆਂ ਦੇ ਵਿੱਚ ਆਮ ਤੌਰ ਤੇ ਦੇਖਣ ਨੂੰ ਮਿਲਦੀਆਂ ਨੇ ਇਹਨਾਂ ਦਾ ਕਹਿ ਲੋ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਬੱਚਿਆਂ ਤੇ ਇਹਨਾਂ ਦੇ ਰੀਜ਼ਨ ਕੀ ਨੇ ਫੋਰਗੇਟਿੰਗ ਕਰਨ ਦੇ ਬੱਚੇ ਭੁੱਲਦੇ ਕਿਉਂ ਨੇ ਇਹਨਾਂ ਦੇ ਖਾਸ ਰੀਜ਼ਨ ਕੀ ਨੇ ਦੇਖੋ ਫਰਸਟ ਮੇਨ ਰੀਜ਼ਨ ਹੁੰਦਾ ਹੈ ਓਵਰ ਲਰਨਿੰਗ ਜਦੋਂ ਆਪਾਂ ਕਿਸੇ ਚੀਜ਼ ਨੂੰ ਓਵਰ ਕਰ ਲੈਂਦੇ ਆ ਨ ਪਦੂਮਾਗ ਤੇ ਬਾਰ 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 ਜ਼ੋਰ ਲਾਈ ਜਾਵਾਂਗੇ ਹਨਾ ਤਾਂ ਦਿਮਾਗ ਆਪਣਾ ਅੱਖ ਕਿਉਂ ਚੀਜ਼ਾਂ ਨੂੰ ਭੁੱਲਣਾ ਸਟਾਰਟ ਕਰ ਜਾਈਗਾ ਦਿਮਾਗ ਦੀ ਵੀ ਇੱਕ ਸ਼ਮਤਾ ਹੈ ਹਨਾ ਇੱਕ ਪਾਵਰ ਹੈ ਜਦੋਂ ਆਪਾਂ ਸੋ ਜਾਂਦੇ ਆਂ ਆਪਣੀ ਬੈਟਰੀ ਫੇਰ ਫੋਨ ਦੀ ਜਿਵੇਂ ਆਪਾਂ ਉਹ ਦੇਖੋ ਆਪਾਂ ਫੋਨ ਚਾਰਜ ਲਗਾ ਲੈਂਦੇ ਆ ਉਹ ਚਾਰਜ ਹੋ ਜਾਂਦਾ ਹੈ ਐਵੇਂ ਆਪਾਂ ਸੌਂਨੇ ਆਪਣੇ ਦਿਮਾਗ ਦੇ ਆਪਣੀ ਬੋਡੀ ਦੀ ਦੁਬਾਰਾ ਜਿਹੜੀ ਇਹ ਕਹ ਲੋ ਵੀ ਚਾਰਜਿੰਗ ਹੁੰਦੀ ਹੈ ਬੈਟਰੀ ਹਨਾ ਤਾਂ ਐਵੇਂ ਹੁੰਦਾ ਹੈ ਜੇਕਰ ਆਪਾਂ ਓਵਰ ਲਰਨਿੰਗ ਕਰ ਲਾਂਗੇ ਬਹੁਤ ਜ਼ਿਆਦਾ ਸਿੱਖ ਲਾਂਗੇ ਤੇ ਆਪਾਂ ਆਪਣੀਆਂ ਨਾੜੀਆਂ ਨੂੰ ਆਪਣੇ ਨਰਵਜ਼ ਨੂੰ ਆਪਣੇ ਦਿਮਾਗ ਨੂੰ ਆਰਾਮ ਕਰਨ ਨਹੀਂ ਨਹੀਂ ਦਵਾਂਗੇ ਤਾਂ ਕੀ ਹੋ ਜਾਊਗਾ ਉਹ ਓਵਰ ਲਰਨਿੰਗ ਹੋ ਜਾਊਗੀ ਤੇ ਆਪਾਂ ਇਸ ਤਰੀਕੇ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਭੁੱਲ ਜਾਵਾਂਗੇ ਠੀਕ ਹੈ ਸੈਕਿੰਡ ਪੁ ਜਿਹੜੀ ਚੀਜ਼ ਦੇ ਵਿੱਚ ਆਪਣਾ ਇੰਟਰਸਟ ਨਹੀਂ ਹੁੰਦਾ ਉਹਦਾ ਆਪਾਂ ਨੂੰ 99% ਚਾਂਸ ਨੇ ਵੀ ਆਪਾਂ ਚੀਜ਼ ਭੁੱਲ ਜਾਾਂਗੇ ਜਿਹੜੀ ਚੀਜ਼ ਦੇ ਵਿੱਚ ਆਪਣਾ ਇੰਟਰਸਟ ਹੈ ਚਾਹੇ ਉਹ ਕਿੰਨੀ ਹੀ ਕਹਿ ਲੋ ਵੀ ਕੋਈ ਵੀ ਕਿਸੇ ਵੀ ਟਾਈਪ ਦੀ ਗੱਲ ਹੋਵੇ ਔਖੀ ਤੋਂ ਔਖੀ ਹੋਵੇ ਸੌਖੀ ਤੋਂ ਸੌਖੀ ਹੋਵੇ ਸੌਖੀ ਤੋਂ ਸੌਖੀ ਹੋਵੇ ਉਹ ਆਪਣੇ ਦਿਮਾਗ ਦੇ ਵਿੱਚੋਂ ਕਿਤੇ ਨਹੀਂ ਜਾਣੀ ਹੈਗੀ ਆਪਾਂ ਨੂੰ ਹਮੇਸ਼ਾ ਯਾਦ ਰਹੂਗੀ ਕਿਉਂ ਕਿਉਂਕਿ ਉਸ ਦੇ ਵਿੱਚ ਆਪਣਾ ਇੰਟਰਸਟ ਸੀ ਰੁਚੀ ਸੀ ਠੀਕ ਹੈ ਜਦੋਂ ਆਪਾਂ ਨੂੰ ਕਿਸੇ ਕੰਮ ਦੇ ਵਿੱਚ ਕੋਈ ਇੰਟਰਸਟ ਨਹੀਂ ਲੱਗਦਾ ਇੰਟਰਸਟਿੰਗ ਚੀਜ਼ ਨਹੀਂ ਲੱਗਦੀ ਉਹ ਆਪਾਂ ਚੀਜ਼ਾਂ ਜਿਹੜੀਆਂ ਲੰਬੇ ਸਮੇਂ ਤੱਕ ਯਾਦ ਨਹੀਂ ਰੱਖ ਸਕਦੇ ਹੈ क्लियर ਹੈ ਤਾਂ ਸੈਕੰਡਰੀ ਰੀਜ਼ਨ ਇਹ ਵੀ ਹੋ ਸਕਦਾ ਹੈ थर्ड ਹੋ ਸਕਦਾ ਟਾਈਮ ਪਾਸ ਦੇਖੋ ਲੰਬਾ ਸਮਾਂ ਗੁਜ਼ ਸਮਾਂ ਗੁਜ਼ਰਨ ਨਾਲ ਵੀ ਜਿਹੜੀਆਂ ਚੀਜ਼ਾਂ ਨੇ ਉਹ ਭੁੱਲ ਜਾਂਦੀਆਂ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹਾਂ 20 ਮਿੰਟ ਬਾਅਦ 72% ਯਾਦ ਰਹਿੰਦਾ ਹੈ 1 ਘੰਟੇ ਬਾਅਦ 44 ਤਾਂ ਜਦੋਂ ਜਦੋਂ ਹੌਲੀ ਹੌਲੀ ਸਮਾਂ ਗੁਜ਼ਰਦਾ ਹੈ ਤਾਂ ਉਹ ਵੀ ਇੱਕ ਥਰਡ ਰੀਜ਼ਨ ਹੋ ਸਕਦਾ ਚੀਜ਼ਾਂ ਨੂੰ ਭੁੱਲਣ ਦਾ ਠੀਕ ਹੈ ਫੋਰਥ ਹੈਗਾ ਡੀਸੀਯੂਸ ਜਾਂ ਫਿਰ ਲੈਕ ਆਫ ਰੈਪੀਟੇਸ਼ਨ ਰੈਪੀਟੇਸ਼ਨ ਯਾਨੀ ਰਿਪੀਟ ਨਾ ਕਰਨ ਦੀ ਘਾਟ ਠੀਕ ਹੈ ਜਦੋਂ ਪਰ ਰਿਪੀਟ ਨਹੀਂ ਕਰਦੇ ਉਹਨੂੰ ਬਾਰ ਬਾਰ ਨਹੀਂ ਸੋਚਦੇ ਉਹ ਵੀ ਕਰੀਜ਼ਨ ਹੋ ਸਕਦਾ ਹੈ ਫੋਰਗੇਟਿੰਗ ਦਾ ਠੀਕ ਹੈ ਲਰਨਿੰਗ ਦੀ ਕਮੀ ਕਿਤੇ ਨਾ ਕਿਤੇ ਇਹਦੇ ਵਿੱਚ ਕਹਿ ਲੋ ਵੀ ਇਫੈਕਟ ਕਰਦੀ ਹੈ ਠੀਕ ਹੈ ਥਕਾਵਟ ਜੇਕਰ ਕੋਈ ਬੰਦਾ ਹੈ ਉਹ ਫਿਜ਼ੀਕਲੀ ਜਾਂ ਫਿਰ ਮੈਂਟਲੀ ਕਿਸੇ ਵੀ ਤਰੀਕੇ ਨਾਲ ਥੱਕਿਆ ਹੋਇਆ ਹੈ ਤਾਂ ਬਹੁਤ ਜ਼ਿਆਦਾ ਚਾਂਸ ਨੇ ਉਹ ਚੀਜ਼ਾਂ ਨੂੰ ਭੁੱਲਣਾ ਸਟਾਰਟ ਕਰ ਦੇਗਾ ਕਿਉਂਕਿ ਉਹਦਾ ਦਿਮਾਗ ਆਲਰੇਡੀ ਪਰੇਸ਼ਾਨ ਹੈ ਹਨ ਥਕਾਵਟ ਹੈ ਤਾਂ ਕਰਕੇ ਉਹ ਚੀਜ਼ਾਂ ਨੂੰ ਯਾਦ ਨਹੀਂ ਕਰ ਪਾਏਗਾ ਠੀਕ ਹੈ ਹੋਰ ਰੀਜ਼ਨ ਹੋ ਸਕਦਾ ਹੈ ਮੋਟੀਵੇਸ਼ਨ ਦੀ ਘਾਟ ਕਾਰਨ ਠੀਕ ਹੈ ਕੋਈ ਬਿਮਾਰੀ ਕਾਰਨ ਕੋਈ ਲਗਾਤਾਰ ਚਿੰਤਾ ਲੱਗੀ ਹੋਈ ਹੈ ਉਹਦੇ ਕਾਰਨ ਮੈਂਟਲ ਸ਼ੌਕ ਹੈ ਉਹਦੇ ਕਾਰਨ ਬ੍ਰੇਨ ਇੰਜਰੀ ਹੈ ਉਹਦੇ ਕਾਰਨ ਤਾਂ ਇਹ ਕੁਝ ਰੀਜ਼ਨ ਹੁੰਦੇ ਨੇ ਫੋਰਗੇਟਿੰਗ ਦੇ ਠੀਕ ਹੈ ਤਾਂ ਬੱਚੇ ਕਿਉਂ ਫੇਲ ਹੁੰਦੇ ਨੇ ਮੇਨ ਰੀਜ਼ਨ ਹੈ ਭੁੱਲਣ ਕਰਕੇ ਭੁੱਲਣ ਦੇ ਕੀ ਕੀ ਰੀਜ਼ਨ ਨੇ ਆਪਾਂ ਸਾਰੇ ਡਿਸਕਸ ਕਰ ਚੁੱਕੇ ਹਾਂ ਠੀਕ ਹੈ ਅਗਲਾ ਟੌਪਿਕ ਹੈ ਹਾਊ ਚਿਲड्रन ਲਰਨ ਦੇਖੋ ਜੇਕਰ ਤੁਸੀਂ ਸਿਲੇਬਸ ਦੇਖ ਰਹੇ ਹੋ ਜੀ ਸਕਰੀਨ ਤੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਇਹ ਜਿਹੜਾ ਸਿਲੇਬਸ ਹੈ ਇਹਦੇ ਵਿੱਚ ਮੇਨ ਗੱਲ ਸੀ ਵਾਈ ਚਿਲड्रन ਫੇਲ ਇਹ ਆਪਾਂ ਕਵਰ ਕਰ ਲਿਆ ਸਕੂਲ ਪਰਫਾਰਮੈਂਸ ਦੇ ਵਿੱਚ ਬੱਚੇ ਕਿਉਂ ਫੇਲ ਹੁੰਦੇ ਨੇ ਇਹ ਆਪਾਂ ਕਵਰ ਕਰ ਚੁੱਕੇ ਹਾਂ ਠੀਕ ਹੈ ਉਸ ਤੋਂ ਬਾਅਦ ਆਪਾਂ ਪੜਾਂਗੇ ਕਿ ਬੱਚੇ ਕਿਸ ਤਰੀਕੇ ਨਾਲ ਸਿੱਖਦੇ ਨੇ ਕਿਹੜੇ-ਕਿਹੜੇ ਟੀਚਿੰਗ ਮੈਥਡ ਹੋ ਸਕਦੇ ਨੇ ਜਿਨ੍ਹਾਂ ਨਾਲ ਬੱਚੇ ਬਹੁਤ ਵਧੀਆ ਤਰੀਕੇ ਨਾਲ ਸਿੱਖ ਲੈਣਗੇ ਠੀਕ ਹੈ ਇਸ ਤੋਂ ਬਿਨਾ ਚਾਈਲਡ ਐਜ਼ ਅ ਪ੍ਰੋਬਲਮ ਸੋਲਵਰ ਕਿਵੇਂ ਕੰਮ ਕਰਦਾ ਹੈ ਐਜ਼ ਅ ਸਾਇੰਟੀਫਿਕ ਇਨਵੈਸਟੀਗੇਟਰ ਕਿਸ ਤਰ੍ਹਾਂ ਕੰਮ ਕਰਦਾ ਹੈ ਉਹ ਦੇਖਾਂਗੇ ਤੇ ਕੁਝ 에ਰਰਸ ਹੁੰਦੀਆਂ ਨੇ ਜੀ ਜਿਹੜੀ ਕਿ ਸਿੱਖ ਕਰਾਂਗੇ ਤਾਂ ਫਰਸਟ ਟਾਪਿਕ ਹੋ ਗਿਆ ਹੁਣ ਆਪਾਂ ਅਗਲੇ ਤਿੰਨ ਕਰਦੇ ਹਾਂ ਠੀਕ ਹੈ ਤਾਂ ਹੁਣ ਦੇਖਾਂਗੇ ਆਪਾਂ ਬੱਚੇ ਕਿਸ ਤਰੀਕੇ ਨਾਲ ਸਿੱਖਦੇ ਨੇ ਠੀਕ ਹੈ ਹਾਊ ਚਿਲड्रन ਲਰਨ ਦੇਖੋ ਬੱਚਿਆਂ ਨੂੰ ਜ਼ਿਆਦਾਤਰ ਉਸ ਕੰਮ ਦੇ ਵਿੱਚ ਮਜ਼ਾ ਆਉਂਦਾ ਜਿਹਦੇ ਵਿੱਚ ਉਹਨਾਂ ਦਾ ਇੰਟਰਸਟ ਹੋਵੇ ਠੀਕ ਹੈ ਕੁਝ ਮੈਥਡਸ ਨੇ ਕੁਝ ਕਹਿ ਲਓ ਵੀ ਤਰੀਕੇ ਨੇ ਜਿਨ੍ਹਾਂ ਰਾਹੀਂ ਬੱਚੇ ਜ਼ਿਆਦਾ ਵਧੀਆ ਨਾਲ ਸਿੱਖ ਤਰੀਕੇ ਨਾਲ ਸਿੱਖਦੇ ਨੇ ਜਿਵੇਂ ਦੇਖੋ ਲਿਸਨਿੰਗ ਹੁਣ ਬੱਚੇ ਦਾ ਜਨਮ ਹੁੰਦਾ ਹੈ ਕਿ ਬੱਚਾ ਜਨਮ ਜਦੋਂ ਹੁੰਦਾ ਹੈ ਉਦੋਂ ਹੀ ਬੱਚੇ ਨੂੰ ਭਾਸ਼ਾ ਆ ਜਾਂਦੀ ਹੈ ਨੋ ਉਹ ਕੀ ਕਰਦਾ ਹੈ ਹੌਲੀ-ਹੌਲੀ ਉਹ ਆਪਣੇ ਮਾਪੇ-ਬਾਪ ਨੂੰ ਆਪਣੇ ਪੇਰੈਂਟਸ ਨੂੰ ਵਾਲਦਾਂ ਨੂੰ ਸੁਣਦਾ ਹੈ ਤਾਂ ਫਿਰ ਉਹ ਭਾਸ਼ਾ ਸਿੱਖ ਜਾਂਦਾ ਹੈ ਯਾਨੀ ਫਸਟ ਮੈਥਡ ਹੋ ਗਿਆ ਲਿਸਨਿੰਗ ਲਿਸਨਿੰਗ ਦੇ ਰਾਹੀਂ ਬੱਚਾ ਸਿੱਖਦਾ ਹੈ ਸੈਕੰਡ ਰੀਡਿੰਗ ਰਾਹੀਂ ਸਕੂਲਾਂ ਦੇ ਵਿੱਚ ਬੱਚੇ ਬੁੱਕਸ ਦੇ ਥਰੂ ਨਵੇਂ-ਨਵੇਂ ਵਰਡਸ ਪੜ੍ਹ ਕੇ ਸਿੱਖਦੇ ਨੇ ਅਬਜ਼ਰਵ ਅਬਜ਼ਰਵ ਹੁੰਦਾ ਹੈ ਇਹ ਦੇਖੋ ਮੰਨ ਲਓ ਕੋਈ ਆਪਾਂ ਕਿਤੇ ਸਫ਼ਰ ਕਰ ਰਹੇ ਹਾਂ ਠੀਕ ਹੈ ਕੋਈ ਬੱਚਾ ਤੁਹਾਡੇ ਨਾਲ ਹੈ ਪੇਰੈਂਟਸ ਕੀ ਕਰਨਗੇ ਜੇਕਰ ਪੇਰੈਂਟਸ ਰਸਤੇ ਦੇ ਵਿੱਚ ਫੋਨ ਚਲਾ ਰਹੇ ਨੇ ਤਾਂ 99% ਚਾਂਸ ਨੇ ਵੀ ਉਹ ਬੱਚੇ ਉਹਨਾਂ ਦੇ ਬੱਚੇ ਵੀ ਫੋਨ ਚਲਾਣਗੇ ਉਸ ਟਾਈਮ ਜੇਕਰ ਉਸ ਸਮੇਂ ਪੇਰੈਂਟਸ ਕਹਿ ਲੋ ਵੀ ਕੋਈ ਗੱਲਬਾਤ ਕਰ ਰਹੇ ਨੇ ਜਾਂ ਫਿਰ ਕੋਈ ਬੁੱਕਸ ਪੜ੍ਹ ਰਹੇ ਨੇ ਤਾਂ 99% ਚਾਂਸ ਨੇ ਕਿ ਉਹਨਾਂ ਦੇ ਬੱਚੇ ਵੀ ਸੇਮ ਪ੍ਰੋਸੈਸ ਕਰਨਗੇ ਉਹ ਵੀ ਬੁੱਕ ਪੜ ਫਿਰ ਉਹ ਵੀ ਜਿਹੜਾ ਕਹ ਲੋ ਵੀ ਗੱਲਬਾਤ ਕਰਨਗੇ ਠੀਕ ਹੈ ਉਹ ਕੀਆ ਉਹ ਅਬਜ਼ਰਵ ਹੈ ਠੀਕ ਹੈ ਤਾਂ ਬੱਚੇ ਥਰਡ ਮੈਥਡੋਂ ਦਾ ਅਬਜ਼ਰਵ ਕਰਕੇ ਸਿੱਖਦੇ ਨੇ ਅਗਲਾ ਹੈਗਾ ਪ੍ਰੈਕਟਿਸ ਠੀਕ ਹੈ ਪ੍ਰੈਕਟਿਸ ਦੇਖੋ ਜਦੋਂ ਬੱਚ ਨੂੰ ਆਪਾਂ ਬਾਹਰ ਖੇਡਣ ਲਈ ਕਹਿ ਦਿੰਦੇ ਆ ਵੀ ਹਾਂ ਤੂੰ ਖੇਡ ਆਪਣਾ ਐਕਸਪੈਰੀਮੈਂਟ ਕਰ ਉਦੋਂ ਬੱਚਾ ਕਰਕੇ ਸਿੱਖਦਾ ਹੈ ਪ੍ਰੈਕਟਿਸ ਕਰਕੇ ਸਿੱਖਦਾ ਹੈ ਠੀਕ ਹੈ ਡੂ ਕਰਨਾ ਟੀਚ ਕਰਨਾ ਟੀਚ ਦੇਖੋ ਟੀਚਿੰਗ ਦੇ ਰਾਹੀਂ ਹੁਣ ਤੁਸੀਂ ਕਿਸੇ ਵਿੱਚ ਨੂੰ ਸਮਝਾਓ ਪੜਾਓ ਬੱਚਾ ਉਸ ਤਰੀਕੇ ਨਾਲ ਵੀ ਸਿੱਖੇਗਾ ਹੁਣ ਆਪਾਂ ਸਕੂਲਾਂ ਦੇ ਵਿੱਚ ਬੱਚਾ ਨੂੰ ਪੜਾਉਣੀ ਆ ਬੱਚੇ ਸਿੱਖਦੇ ਹੀ ਨੇ ਹਨ ਤਾਂ ਇਹ ਕੁਝ ਮੈਥਡਸ ਹੁੰਦੇ ਨੇ ਜਿਨ੍ਹਾਂ ਦੇ ਰਾਹੀਂ ਬੱਚੇ ਜਿਹੜਨੇ ਉਹ ਸਿੱਖਦੇ ਨੇ ਲਰਨਿੰਗ ਕਰਦੇ ਨੇ ਕਲੀਅਰ ਹੈ ਬਹੁਤ ਸਾਰੇ ਜਿਹੜੇ ਕਹ ਲੋ ਸਾਈਕੋਲੋਜੀਸਟ ਦੇ ਦੁਆਰਾ ਇਹ ਇੱਕ ਤਰੀਕੇ ਨਾਲ ਕਹ ਲੋ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਨੇ ਜਿਵੇਂ ਕਿ ਵੁੱਡਵਰਥ ਵੱਲੋਂ ਪਰਿਭਾਸ਼ਾ ਦਿੱਤੀ ਗਈ ਸੀ ਕਿ ਜਿਹੜਾ ਨਵਾਂ ਗਿਆਨ ਤੇ ਨਵੀਂ ਪ੍ਰਤੀਕਿਰਿਆਵਾਂ ਨੂੰ ਗ੍ਰਹਿਣ ਕਰਨ ਦੀ ਪ੍ਰਕਿਰਿਆ ਨੂੰ ਸਿੱਖਣ ਦੀ ਪ੍ਰਕਿਰਿਆ ਕਹਿੰਦੇ ਨੇ ਸਕਿਨਰ ਨੇ ਪਰਿਭਾਸ਼ਾ ਦਿੱਤੀ ਹੈ ਕਿ ਗ੍ਰਹਿਣ ਕਰਨਾ ਤੇ ਯਾਦ ਰੱਖਣਾ ਦੋਵੇਂ ਸਿੱਖਣ ਦਾ ਹੀ ਨਾਮ ਨੇ ਠੀਕ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਵੱਖ-ਵੱਖ ਸਾਈਕੋਲੋਜੀਸਟ ਦੇ ਦੁਆਰਾ ਜਿਹੜੀਆਂ ਨੂੰ ਦਿੱਤੀਆਂ ਗਈਆਂ ਸੀ ਕਲੀਅਰ ਹੈ ਹੁਣ ਇਸ ਦੇ ਵਿੱਚ ਸਿੱਖਣ ਦੀਆਂ ਕਿਸਮਾਂ ਵੀ ਹੁੰਦੀਆਂ ਨੇ ਕਿ ਬੱਚੇ ਕਿਸ ਤਰੀਕੇ ਨਾਲ ਸਿੱਖਦੇ ਨੇ ਕਿਸ ਕਿਸ ਟਾਈਪ ਦੇ ਚੀਜ਼ਾਂ ਸਿੱਖਦੇ ਨੇ ਦੇਖੋ ਹੁੰਦਾ ਹੈ ਪਰਸੈਪਚੁਅਲ ਲਰਨਿੰਗ ਪ੍ਰਤੱਖ ਗਿਆਨਤਮਕ ਸਿੱਖਣਾ ਪਰਸੈਪਚੁਅਲ ਜਿਹੜੇ ਬੱਚੇ ਦੇਖ ਕੇ ਸਿੱਖਦੇ ਨੇ ਠੀਕ ਹੈ ਜਿਉਂ-ਜਿਉਂ ਜਿਹੜੀ ਆਪਣੀਆਂ ਸੈਂਸਸ ਹੁੰਦੀਆਂ ਨੇ ਗਿਆਨ ਇੰਦਰੀਆਂ ਹੁੰਦੀਆਂ ਨੇ ਉਹਨਾਂ ਦੇ ਰਾਹੀਂ ਉਹ ਗਿਆਨ ਪ੍ਰਾਪਤ ਕਰਦੇ ਨੇ ਜਿਉਂ-ਜਿਉਂ ਬੱਚੇ ਦਾ ਮਨ ਦਿਮਾਗ ਵਿਕਸਿਤ ਹੁੰਦਾ ਹੈ ਉਹ ਆਪਣੇ ਪ੍ਰਤੱਖ ਗਿਆਨ ਰਾਹੀਂ ਸਿੱਖਦਾ ਹੈ ਦੇਖ ਕੇ ਸਿੱਖਦਾ ਹੈ ਆਪਣੀਆਂ ਸਵੈ ਨਾਵਾਂ ਦੇ ਰਾਹੀਂ ਸਿੱਖਦਾ ਹੈ ਠੀਕ ਹੈ ਸੈਕੰਡ ਹੁੰਦਾ ਹੈ ਸੰਕਲਪਨਾਤਮਕ ਸਿੱਖਣਾ ਯਾਨੀ ਕਿ ਕਨਸੈਪਚੁਅਲ ਦੋ ਨੇ ਨਾ ਪਰਸੈਪਚੁਅਲ ਤੇ ਕਨਸੈਪਚੁਅਲ ਜਿਹੜਾ ਪਰਸੈਪਚੁਅਲ ਆ ਉਹਦੇ ਵਿੱਚ ਆਪਣੇ ਗਿਆਨ ਇੰਦਰੀਆਂ ਦੇ ਰਾਹੀਂ ਦੇਖ ਕੇ ਸਿੱਖ ਰਹਾ ਹੈ ਠੀਕ ਹੈ ਕਨਸੈਪਚੁਅਲ ਜਿਹੜੇ ਉਹਦੇ ਦਿਮਾਗ ਦੇ ਵਿੱਚ ਥੌਟਸ ਨੇ ਜਿਹੜੇ ਉਹਦੇ ਦਿਮਾਗ ਦੇ ਵਿੱਚ ਯੋਗਤਾਵਾਂ ਨੇ ਜੋ ਉਹਦੇ ਵਿਚਾਰ ਨੇ ਧਾਰਨਾਵਾਂ ਨੇ ਉਹਨਾਂ ਦੇ ਰਾਹੀਂ ਸਿੱਖਦਾ ਹੈ ਤੇ ਉਸੇ ਤਰੀਕੇ ਨਾਲ ਬੱਚਾ ਸਮੱਸਿਆਵਾਂ ਨੂੰ ਹੱਲ ਕਰਦਾ ਹੈ ਉਹਨੂੰ ਆਪਾਂ ਕਹਾਂਗੇ ਕਨਸੈਪਚੁਅਲ ਲਰਨਿੰਗ ਠੀਕ ਹੈ ਥਰਡ ਹੁੰਦੀ ਹੈ ਬਿਹੇਵੀਅਰਲ ਲਰਨਿੰਗ ਜਿਹਨੂੰ ਕਿ ਐਟੀਟਿਊਡਨਲ ਲਰਨਿੰਗ ਵੀ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਉਹਨੂੰ ਆਪਾਂ ਕਹਾਂਗੇ ਵਿਤਿਰਾਤਮਕ ਸਿੱਖਣਾ ਜਦੋਂ ਸਿੱਖਣ ਨਾਲ ਬੱਚੇ ਦੇ ਬਿਹੇਵੀਅਰ ਦੇ ਵਿੱਚ ਕੋਈ ਨਾ ਕੋਈ ਚੇਂਜ ਆ ਜਾਏ ਉਹਨੂੰ ਆਪਾਂ ਕਹਾਂਗੇ ਬਿਹੇਵੀਅਰਲ ਲਰਨਿੰਗ ਜਾਂ ਫਿਰ ਵਿਤਿਰਾਤਮਕ ਸਿੱਖਣਾ ਠੀਕ ਹੈ ਜਦੋਂ ਬੱਚੇ ਕੋਈ ਵਿਵਹਾਰਿਕ ਪਰਿਵਰਤਨ ਕਰਦੇ ਨੇ ਚਾਹੀਓ ਮਾਤਾ ਪਿਤਾ ਪ੍ਰਤੀ ਆਪਣੇ ਕੈਲੋ ਵੀ ਆਪਣੇ ਵਿਚਾਰ ਚੇਂਜ ਕਰਦੇ ਨੇ ਅਧਿਆਪਕਾਂ ਨੂੰ ਰਿਸਪੈਕਟ ਦਿੰਦੇ ਨੇ ਇਸ ਤਰੀਕੇ ਦਾ ਜਿਹੜਾ ਵਿਵਹਾਰ ਆ ਉਹਨਾਂ ਦਾ ਚੇਂਜ ਹੋ ਜਾਂਦਾ ਹੈ ਉਹ ਹੁੰਦਾ ਹੈ ਜੀ ਬਿਹੇਵੀਅਰ ਲਰਨਿੰਗ ਠੀਕ ਹੈ ਵਤੀਰਾਤਮਕ ਸਿੱਖਣਾ ਲਾਸਟ ਹੁੰਦਾ ਜੀ ਮੋਟਰ ਲਰਨਿੰਗ ਮੋਟਰ ਲਰਨਿੰਗ ਯਾਨੀ ਕਿ ਗਤੀਆਤਮਕ ਸਿੱਖਣਾ ਬੱਚਾ ਉਮਰ ਵਧਣ ਦੇ ਨਾਲ ਨਾਲ ਖਾਣਾ ਪੀਣਾ ਖੇਡਣਾ ਨੱਚਣਾ ਮੋਟਰਸਾਈਕਲ ਚਲਾਉਣਾ ਕਾਰ ਚਲਾਉਣਾ ਆਦਿ ਸਿੱਖ ਜਾਂਦਾ ਹੈ ਹੌਲੀ ਹੌਲੀ ਹੈਨਾ ਇਹ ਸਭ ਨੂੰ ਕੀ ਕਹਿ ਦਿੰਨੇ ਆ ਗਤੀਆਤਮਕ ਸਿੱਖਣਾ ਜਿਸ ਦੇ ਵਿੱਚ ਬੱਚੇ ਦੀ ਪੂਰੀ ਬੋਡੀ ਜਿਹੜੀ ਹੈ ਹਿੱਸਾ ਲੈਂਦੀ ਹੈ ਠੀਕ ਹੈ ਸ਼ੁਰੂ ਦੇ ਵਿੱਚ ਬੱਚੇ ਨੇ ਕੀ ਕਰਿਆ ਆਪਣੀ ਗਿਆਨ ਇੰਦਰੀਆਂ ਦੇ ਰਾਹੀਂ ਸਿੱਖਿਆ ਲੇਕਿਨ ਹੌਲੀ ਹੌਲੀ ਉਹਨੇ ਆਪਣੀ ਗਿਆਨ ਇੰਦਰੀਆਂ ਦੇ ਨਾਲ ਨਾਲ ਆਪਣੀ ਬੋਡੀ ਨੂੰ ਯੂਜ਼ ਕਰਿਆ ਤੇ ਉਹ ਬੱਚੇ ਨੇ ਜਿਹੜੀ ਹੈ ਉਹ ਮੋਟਰ ਲਰਨਿੰਗ ਕਰੀ ਠੀਕ ਹੈ ਤਾਂ ਚਾਰ ਟਾਈਪ ਦੀ ਲਰਨਿੰਗ ਸੀਗੀ ਕਨਸੈਪਚੁਅਲ ਲਰਨਿੰਗ ਪਰਸੈਪਚੁਅਲ ਲਰਨਿੰਗ ਬਿਹੇਵੀਅਰਲ ਲਰਨਿੰਗ ਤੇ ਫਿਰ ਮੋਡਲ ਲਰਨਿੰਗ ਠੀਕ ਹੈ ਆਈ ਹੋਪ ਇਹ ਚਾਰ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਸਮਝ ਆ ਗਈਆਂ ਹੋਣੀਆਂ ਤਾਂ ਇਹ ਚਾਰ ਚੀਜ਼ਾਂ ਦੇ ਰਾਹੀਂ ਬੱਚਾ ਜਿਹੜਾ ਕਹਿ ਲਓ ਵੀ ਸਿੱਖਦਾ ਹੈ ਇਹ ਚਾਰ ਮੈਥਡਸ ਹੁੰਦੇ ਨੇ ਇਹ ਜਿਹੜੇ ਸਕਰੀਨ ਤੇ ਤੁਸੀਂ ਟਾਈਪਸ ਦੇਖ ਰਹੇ ਹੋ ਮੈਥਡਸ ਦੇਖ ਰਹੇ ਹੋ ਇਹਨਾਂ ਦੇ ਰਾਹੀਂ ਬੱਚਾ ਜ਼ਿਆਦਾ ਤਰੀਕੇ ਨਾਲ ਸਿੱਖਦਾ ਹੈ ਕੀ ਕੀ ਲਰਨਿੰਗ ਦੇ ਟਾਈਪਸ ਨੇ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਥਰਡ ਤੇ ਲਾਸਟ ਪੁਆਇੰਟ ਹੈ ਹਾਊ ਚਿਲड्रन ਥਿੰਕ ਬੱਚੇ ਕਿਸ ਤਰੀਕੇ ਨਾਲ ਸ ਠੀਕ ਹੈ ਹੁਣ ਦੇਖੋ ਬੱਚਿਆਂ ਦੇ ਵਿੱਚ ਤੇ ਵੱਡਿਆਂ ਦੇ ਵਿੱਚ ਸਿੱਖਣ ਦੇ ਵਿੱਚ ਤੇ ਲਰਨ ਕਰਨ ਦੇ ਵਿੱਚ ਬਹੁਤ ਫਰਕ ਹੈ ਹੁਣ ਆਪਾਂ ਗੱਲ ਕਰ ਲਈਏ ਸਿੱਖਣ ਦੀ ਦੇਖੋ ਕਈ ਬੱਚੇ ਇਮੇਜਿਨੇਸ਼ਨ ਦੇ ਵਿੱਚ ਆਪਣੇ ਹੀ ਤਰੀਕਿਆਂ ਨਾਲ ਸੋਚਦੇ ਨੇ ਹਨਾ ਇਹਦੀਆਂ ਵੀ ਕਈ ਟਾਈਪਸ ਨੇ ਜਿਵੇਂ ਕਿ ਫਰਸਟ ਟਾਈਪ ਦੇ ਹੋ ਗਿਆ ਪਰਤੱਖ ਸੋਚਣਾ ਪਰਤੱਖ ਥਿੰਕਿੰਗ ਠੀਕ ਹੈ ਉਹ ਹੁੰਦਾ ਵੀ ਜੋ ਉਹਨੂੰ ਦਿਖ ਰਿਹਾ ਸਿਰਫ ਉਹਦੇ ਰਾਹੀਂ ਸਿੱਖ ਰਿਹਾ ਬੱਚਾ ਇੱਕ ਹੁੰਦਾ ਹੈ ਸਿਰਕਲਪਨਾਤਮਕ ਥਿੰਕ ਸੋਚਣਾ ਠੀਕ ਹੈ ਜਿਹੜਾ ਕਨਸੈਪਚੁਅਲ ਹੁੰਦਾ ਏ ਜੋ ਉਹਨੂੰ ਨਹੀਂ ਦਿਖ ਰਿਹਾ ਉਹਦੇ ਰਿਲੇਟਡ ਉਹ ਵਿਚਾਰ ਬਣਾ ਰਿਹਾ ਏ ਠੀਕ ਹੈ ਸਿਰਜਣਾਤਮਕ ਚਿੰਤਨ ਹੁੰਦਾ ਹੈ ਯਾਨੀ ਕਿ ਉਹ ਕਿਸੇ ਚੀਜ਼ ਨੂੰ ਨਵਾਂ ਕ੍ਰੀਏਟ ਕਰ ਰਿਹਾ ਕੋਈ ਸਮੱਸਿਆ ਆ ਗਈ ਤੇ ਉਹਨੇ ਕੋਈ ਨਵਾਂ ਹੱਲ ਉਹਦੇ ਲਈ ਕ੍ਰੀਏਟ ਕਰਿਆ ਠੀਕ ਹੈ ਤਾਰਕਿਕ ਚਿੰਤਨ ਯਾਨੀ ਕਿ ਲੌਜੀਕਲ ਥਿੰਕਿੰਗ ਹੋਗੀ ਕੋਈ ਲੌਜੀਕ ਦੇ ਕੇ ਬੱਚਾ ਸੋਚ ਰਿਹਾ ਹੈ ਠੀਕ ਹੈ ਕਨਵਰਜੈਂਟ ਥਿੰਕਿੰਗ ਡਾਇਵਰਜੈਂਟ ਥਿੰਕਿੰਗ ਹੋਗੀ ਇਹ ਤੁਹਾਨੂੰ ਮੈਂ ਆਲਰੇਡੀ ਪਿਛਲੇ ਚੈਪਟਰ ਦੇ ਵਿੱਚ ਸਮਝਾਇਆ ਸੀ ਠੀਕ ਹੈ ਡਾਇਵਰਜੈਂਟ ਥਿੰਕਿੰਗ ਹੁੰਦੀ ਹੈ ਜਦੋਂ ਇੱਕ ਸਮੱਸਿਆ ਹੋਵੇ ਲੇਕਿਨ ਉਹਦੇ ਹੱਲ ਬਹੁਤ ਸਾਰੇ ਹੋਣ ਇਹ ਵੀ ਹੱਲ ਹੋ ਸਕਦਾ ਹੈ ਇਹ ਵੀ ਠੀਕ ਹੈ ਤੇ ਕਨਵਰਜੈਂਟ ਥਿੰਕਿੰਗ ਹੁੰ ਹੋਰ ਹੋ ਸਕਦੀਆਂ ਨੇ ਥਿੰਕਿੰਗ ਜੇ ਮੇਰੀ ਰਿਫਲੈਕਟਿਵ ਥਿੰਕਿੰਗ ਹੋਗੀ ਠੀਕ ਹੈ ਮੈਂ ਤੁਹਾਡੇ ਥੌਟਸ ਹੋਰ ਸੀਗੇ ਮੈਂ ਤੁਹਾਨੂੰ ਕੁਝ ਹੋਰ ਸਮਝਾਤਾ ਤੁਹਾਡੇ ਥੌਟਸ ਚੇਂਜ ਹੋਗੇ ਉਹ ਵੀ ਇੱਕ ਤਰੀਕੇ ਨਾਲ ਸੋਚਣਾ ਹੈ ਤਾਂ ਇਸ ਤਰੀਕੇ ਨਾਲ ਜਿਹੜੇ ਬੱਚੇ ਨੇ ਉਹ ਸਿੱਖਦੇ ਨੇ ਨਵੇਂ-ਨਵੇਂ ਵਿਚਾਰ ਜਿਹੜੇ ਨੇ ਬੱਚੇ ਪੈਦਾ ਕਰਦੇ ਨੇ ਆਪਣੇ ਅੰਦਰ ਕਲੀਅਰ ਹੈ ਬੱਚੇ ਦੇ ਸਿੱਖਣ ਦੇ ਵਿੱਚ ਕਿਹੜੀ-ਕਿਹੜੀ ਚੀਜ਼ਾਂ ਮਦਦਗਾਰ ਦੀਆਂ ਨੇ ਇਮੇਜਿਨੇਸ਼ਨ ਮਦਦ ਕਰਦੀ ਮਦਦ ਕਰਦੀ ਹੈ ਠੀਕ ਹੈ ਬੱਚਿਆਂ ਨੂੰ ਭਾਸ਼ਾ ਮਦਦ ਕਰਦੀ ਹੋਂ ਜੇਕਰ ਬੱਚਾ ਕੋਲ ਭਾਸ਼ਾ ਹੈ ਤਾਂ ਹੀ ਸੋਚ ਰਿਹਾ ਨੇ ਉਹ ਦਿਮਾਗ ਦੇ ਵਿੱਚ ਹਨਾ ਪਰਤੀਕ ਹੋਗੇ ਚਿੰਨ ਹੋਗੇ ਇਹ ਸਾਰੀਆਂ ਚੀਜ਼ਾਂ ਬੱਚੇ ਨੂੰ ਜਿਹੜੀਆਂ ਸਿੱਖਣ ਦੇ ਵਿੱਚ ਮਦਦ ਕਰਦੀਆਂ ਨੇ ਸੋਚਣ ਦੇ ਵਿੱਚ ਮਦਦ ਕਰਦੀਆਂ ਨੇ ਠੀਕ ਹੈ ਹੁਣ ਦੇਖੋ ਇਹਦਾ ਮੇਨ ਮਹੱਤਵ ਕਿਉਂ ਹੈ ਸੋਚਣ ਦਾ ਕਿਉਂਕਿ ਇਹਦੇ ਰਾਹੀਂ ਬੱਚਾ ਆਪਦੀ ਜਿਹੜੀ ਨੋਲੇਜ ਨੂੰ ਵਧਾਉਂਦਾ ਹੈ ਇਹ ਬੱਚੇ ਨੂੰ ਮੋਟੀਵੇਸ਼ਨ ਮਿਲਦੀ ਹੈ ਬੱਚੇ ਨੂੰ ਕਿਤੇ ਨਾ ਕਿਤੇ ਇੰਡੀਪੈਂਡੈਂਟ ਫੀਲ ਹੁੰਦਾ ਹੈ ਬੱਚੇ ਦੀ ਆਪਣੀ ਭਾਵਨਾਵਾਂ ਤੇ ਕੰਟਰੋਲ ਹੋਣਾ ਸਟਾਰਟ ਹੋ ਜਾਂਦਾ ਹੈ ਉਹ ਸਿੱਖ ਜਾਂਦਾ ਹੈ ਕੰਟਰੋਲ ਕਰਨਾ ਵਿਚਾਰ ਵਟਾਂਦਰਾ ਕਰਨਾ ਸਿੱਖਦਾ ਹੈ ਜੇਕਰ ਬੱਚਾ ਸੋਚਣਾ ਸਿੱਖੇਗਾ ਤਾਂ ਹੀ ਉਹ ਵਿਚਾਰ ਵਟਾਂਦਰਾ ਕਰੇਗਾ ਹੁਣ ਮੰਨ ਲਓ ਆਪਾਂ ਕਿਸੇ ਬੱਚ ਨੂੰ ਕੋਈ ਹਾਲਚਾਲ ਪੁੱਛ ਰਹੇ ਹਾਂ ਜੇਕਰ ਉਹਦੇ ਦਿਮਾਗ ਦੇ ਵਿੱਚ ਵਿਚਾਰ ਨੇ ਥੋਟ ਨੇ ਕਿ ਹਾਂ ਮੈਂ ਠੀਕ ਆ ਜਾਂ ਮੈਂ ਠੀਕ ਨਹੀਂ ਹੈਗਾ ਉਹ ਸਾਰੀਆਂ ਚੀਜ਼ਾਂ ਕਿਦੇ ਵਿੱਚ ਆ ਜਾਣਗੀਆਂ ਹਾਊ ਚਿਲड्रन ਥਿੰਕ ਦੇ ਵਿੱਚ ਆ ਜਾਣਗੀਆਂ ਠੀਕ ਹੈ ਇਹ ਚੀਜ਼ ਸਮਝ ਆ ਗਈ ਤਾਂ ਹੁਣ ਆਪਾਂ ਇਸ ਚੈਪਟਰ ਦੇ ਕੁਐਸਚਨ ਸੋਲਵ ਕਰਦੇ ਹਾਂ ਜੀ ਜਿਹੜੇ ਕਿ ਇਸ ਚੈਪਟਰ ਦੇ ਵਿੱਚੋਂ ਪੁੱਛੇ ਗਏ ਨੇ ਫਰਸਟ ਕੁਐਸਚਨ ਹੈ ਇੱਕ ਲੜਕੀ ਹੈ ਰੀਆ ਕਹਿੰਦੇ ਰੀਆ ਸਮਝਦੀ ਹੈ ਕਿ ਵੱਡੇ ਗਲਾਸ ਵਿੱਚ ਵੀ ਛੋਟੇ ਗਲਾਸ ਜਿੰਨੀ ਹੀ ਕੋਲਡਰੀਕ ਆਉਂਦੀ ਹੈ ਇਹਦਾ ਕੀ ਮਤਲਬ ਹੋਇਆ ਐਸੀਮੂਲੇਸ਼ਨ ਹੋਇਆ ਕਨਜ਼ਰਵੇਸ਼ਨ ਹੋਇਆ ਅਕੋਮੋਡੇਸ਼ਨ ਹੋਇਆ ਐਨੀਮਿਜ਼ਮ ਹੋਇਆ ਤਾਂ ਬੱਚੇ ਨੂੰ ਕਨਜ਼ਰਵੇਸ਼ਨ ਹੋਇਆ ਠੀਕ ਕਨਜ਼ਰਵੇਸ਼ਨ ਯਾਨੀ ਕਿ ਉਹਨੂੰ ਮਾਤਰਾ ਦਾ ਪਤਾ ਲੱਗ ਗਿਆ ਠੀਕ ਹੈ ਜੇਕਰ ਇੱਕ ਵੱਡੇ ਗਲਾਸ ਦੇ ਵਿੱਚ ਪਾਣੀ ਛੋਟੇ ਗਲਾਸ ਦੇ ਵਿੱਚ ਆ ਰਹੀ ਠੀਕ ਹੈ ਬੱਚੇ ਨੂੰ ਕੀ ਪਤਾ ਲੱਗ ਗਿਆ ਕਿ ਹਾਂ ਇਹ ਚੀਜ਼ ਵੱਡੀ ਹੈ ਤੇ ਇਹ ਚੀਜ਼ ਛੋਟੀ ਹੈ ਲੇਕਿਨ ਪਾਣੀ ਉਹਦੇ ਵਿੱਚ ਓਨਾ ਹੀ ਹੈ ਉਹ ਕੀ ਹੋ ਗਿਆ ਕਨਜ਼ਰਵੇਸ਼ਨ ਦਾ ਕਨਸੈਪਟ ਹੋ ਗਿਆ ਠੀਕ ਹੈ ਸੈਕਿੰਡ ਹੈ ਹੇਠ ਲਿਖਿਆ ਸਥਿਤੀਆਂ ਦੇ ਵਿੱਚੋਂ ਕਿਹੜੀ ਸਥਿਤੀ ਸਿੱਖਣ ਦੇ ਵਿੱਚ ਅਸਥਾਈ ਹੈ ਯਾਨੀ ਕਿ ਸਿੱਖਣ ਦੇ ਵਿੱਚ ਜੋ ਚੀਜ਼ ਮਦਦ ਨਹੀਂ ਕਰੇਗੀ ਉਹ ਪੁਆਇੰਟ ਦੱਸਣਾ ਆਪਾਂ ਨੇ ਫਸਟ ਹੈ ਵਿਦਿਆਰਥੀ ਨੂੰ ਉਤਸ਼ਾਹ ਦੇਣਾ ਕਿ ਉਹ ਸਫਲ ਹੋਵੇਗਾ ਅਸਫਲ ਨਾ ਹੋਵੇ ਸੈਕਿੰਡ ਹੈ ਵਿਦਿਆਰਥੀ ਨੂੰ ਇਹ ਵਿਸ਼ਵਾਸ ਹੋ ਜਾਵੇ ਕਿ ਕੁੜੀ ਜਾਂ ਮੁੰਡਾ ਕਦੇ ਵੀ ਆਪਣੀ ਸਿੱਖਿਆ ਨੂੰ ਨਿਯੰਤਰਿਤ ਅਤੇ ਬਿਹਤਰ ਨਹੀਂ ਕਰ ਸਕਦੇ ਥਰਡ ਹੈ ਪਹਿਲੀ ਵਾਰ ਆਪਣਾ ਉਦੇਸ਼ ਪ੍ਰਾਪਤ ਕਰਨ ਵਿੱਚ ਅਸਫਲ ਹੋਣ ਤੇ ਬਾਅਦ ਦੁਬਾਰਾ ਕੋਸ਼ਿਸ਼ ਇਹ ਤਾਂ ਪੋਜੀਟਿਵ ਪੁਆਇੰਟ ਹੈ ਜੇਕਰ ਉਹ ਇੱਕ ਵਾਰੀ ਸਫਲ ਨਹੀਂ ਹੋ ਰਿਹਾ ਦੁਬਾਰਾ ਕੋਸ਼ਿਸ਼ ਕਰੇਗਾ ਲਾਸਟ ਹੈ ਵਿਦਿਆਰਥੀ ਇਹ ਸਿੱਖਣ ਕੇ ਮਿਹਨਤ ਕਰਕੇ ਆਪਣਾ ਉਦੇਸ਼ ਪ੍ਰਾਪਤ ਕਰ ਸਕਦੇ ਨੇ ਇਹ ਵੀ ਠੀਕ ਹੈ ਫਸਟ ਸੀ ਵਿਦਿਆਰਥੀ ਨੂੰ ਉਤਸ਼ਾਹ ਦਿੱਤਾ ਜਾਏਗਾ ਕਿ ਉਹ ਅਸਫਲ ਨਾ ਹੋਵੇ ਇਹ ਵੀ ਠੀਕ ਹੈ ਇਹ ਜਿਹੜਾ ਹੈਗਾ ਕਿ ਆਪਣੀ ਸਿੱਖਿਆ ਨੂੰ ਬਿਹਤਰ ਨਹੀਂ ਕਰ ਸਕਦੇ ਇਹ ਇੱਕ 네ਗੇਟਿਵ ਪੁਆਇੰਟ ਹੈ ਤਾਂ ਇਹ ਜਿਹੜਾ ਸਿੱਖਣ ਦੇ ਵਿੱਚ ਮਦਦ ਨਹੀਂ ਕਰੇਗਾ ਸੈਕੰਡ ਆਪਸ਼ਨ ਇਹਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਇੱਕ ਵਿਕਾਸਸ਼ੀਲ ਕਲਾਸਰੂਮ ਸਟਾਰਟਅਪ ਦੇ ਵਿੱਚ ਅਧਿਆਪਕ ਸਿਖਲਾਈ ਨੂੰ ਇੱਕ ਜਿਹਾ ਵਾਤਾਵਰਣ ਪ੍ਰਦਾਨ ਕਰਕੇ ਕੀ ਵਧਾਉਂਦਾ ਹੈ ਫਰਸਟ অপਸ਼ਨ ਹੈ ਪ੍ਰੋਮੋਟਸ ਡਿਸਕਵਰੀ ਯਾਨੀ ਕਿ ਬੱਚੇ ਨੂੰ ਖੋਜਣ ਦੇ ਵਿੱਚ ਮਦਦ ਕਰਦਾ ਹੈ ਸੈਕਿੰਡ ਬੰਦੀਸ਼ ਹੈ ਥਰਡ ਹੈ ਡਿਸਕਰੇਜ ਕਰਦਾ ਹੈ ਉਤਸਾਹਿਤ ਨੂੰ ਠੀਕ ਹੈ ਉਤਸਾਹਿਤ ਨਹੀਂ ਕਰਦਾ ਬਲਕਿ ਨਿਰੁਤਸਾਹਿਤ ਕਰ ਰਿਹਾ ਹੈ ਜਾਂ ਫਿਰ ਦੁਹਰਾਈਂ ਉਤਸਾਹਿਤ ਕਰਦਾ ਹੈ ਤਾਂ ਦੇਖੋ ਜੇਕਰ ਇੱਕ ਵਧੀਆ ਕਮਰਾ ਹੋਏਗਾ ਉਹਦੇ ਵਿੱਚ ਬੱਚਾ ਬਹੁਤ ਜ਼ਿਆਦਾ ਖੋਜਾ ਕਰੇਗਾ ਖੋਜਾ ਦਾ ਮਤਲਬ ਨਵੀਆਂ-ਨਵੀਆਂ ਚੀਜ਼ਾਂ ਸਿੱਖੇਗਾ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1st ਠੀਕ ਹੈ ਨੈਕਸਟ ਕੁਐਸਚਨ ਹੈ ਹੇਟ ਲਿਖਿਆ ਜਮਾਤਾਂ ਦੇ ਵਿੱਚ ਅਧਿਆਪਨਾ ਦਾ ਪਲੇ ਵੇ ਢੰਗ ਆਧਾਰਿਤ ਹੈ ਯਾਨੀ ਪਲੇ ਵੇ ਜਿਹੜਾ ਮੈਥਡ ਹੈ ਉਹ ਕਿਦੇ ਤੇ ਡਿਪੈਂਡ ਕਰਦਾ ਹੈ ਤਾਂ ਉਹ ਡਿਪੈਂਡ ਕਰਦਾ ਹੈ ਸਾਈਕੋਲੋਜੀਕਲ ਪ੍ਰਿੰਸੀਪਲ ਆਫ ਡਿਵੈਲਪਮੈਂਟ ਐਂਡ ਗਰੋ ਪਲੇਵੇ ਬੱਚੇ ਆਪਣੇ ਦਿਮਾਗ ਦੇ ਨਾਲ ਖੇលਦੇ ਨੇ ਆਪਣੇ ਮਨ ਦੇ ਨਾਲ ਖੇਡਦੇ ਨੇ ਤੇ ਜਿਹੜਾ ਮਨ ਹੈ ਉਹ ਕਿਹਦੀ ਸਟਡੀ ਆ ਉਹ ਸਾਈਕੋਲੋਜੀਕਲ ਦੀ ਸਟਡੀ ਆ ਹੈਨਾ ਮਨ ਦੀ ਸਟਡੀ ਨੂੰ ਪਾਇਂ ਕਹਿੰਦੇ ਆ ਤਾਂ ਇਹਦਾ ਰਾਈਟ ਆਨਸਰ ਆਪਸ਼ਨ ਨੰਬਰ 3rd ਅਗਲਾ ਕੁਸ਼ਣ ਹੈ ਜੀ ਆਪਣੇ ਕੋਲ ਅਧਿਆਪਕ ਨੇ ਆਪਣੀ ਜਮਾਤ ਵਿੱਚ ਬੱਚਿਆਂ ਨੂੰ ਕਿਹਾ ਕਿ ਪਹਿਲਾਂ ਮੈਂ ਜੋ ਚਾਹੁੰਦਾ ਹਾਂ ਤੁਸੀਂ ਉਹ ਕਰੋ ਫਿਰ ਤੁਸੀਂ ਉਹ ਕਰ ਸਕੋਗੇ ਜੋ ਤੁਸੀਂ ਚਾਹੁੰਦੇ ਹੋ ਇਸ ਸਥਿਤੀ ਦਾ ਕੀ ਮਤਲਬ ਹੈ ਇਹ ਜਿਹੜਾ ਪ੍ਰਿੰਸੀਪਲ ਹੈ ਇਹ ਕਿ ਇਹਨੇ ਦਿੱਤਾ ਸੀ ਤਾਂ ਇਹ ਪ੍ਰਿੰਸੀਪਲ ਦਿੱਤਾ ਸੀ ਜੀ ਪ੍ਰੀਮੈਕ ਨੇ ਇਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਵਾਂਗੇ ਠੀਕ ਹੈ ਜਿਸ ਦੇ ਵਿੱਚ ਆਪਾਂ ਸਾਈਕੋਲੋਜੀਸ ਦੇ ਸਕੂਲਸ ਕਰਾਂਗੇ ਯਾਨੀ ਜਿਵੇਂ ਕਿ ਵਿਵਹਾਰਵਾਦ ਹੋ ਗਿਆ ਹੈਨਾ ਸਿਰਜਣਾਤਮਕਵਾਦ ਹੋ ਗਿਆ ਇਹ ਸਾਰੇ ਆਪਾਂ ਕਨਸੈਪਟ ਉਹਦੇ ਵਿੱਚ ਕਵਰ ਕਰਾਂਗੇ ਠੀਕ ਹੈ ਅਗਲਾ ਕੁਸ਼ਨ ਹੈ ਜੀ ਦ ਇਨਸਾਈਟ ਥਿਉਰੀ ਆਫ ਲਰਨਿੰਗ ਕਿਸ ਦੇ ਦੁਆਰਾ ਦਿੱਤੀ ਗਈ ਸੀ ਵੈਰੀ ਵੈਰੀ ਇੰਪੋਰਟੈਂਟ ਕੁਸ਼ਨ ਹੈ ਤਾਂ ਇਹ ਦਿੱਤੀ ਗਈ ਸੀ ਜੀ ਕੋਹਲਰ ਦੇ ਦੁਆਰਾ ਨੈਕਸਟ ਕੁਐਸਚਨ ਹੈ ਸਿੱਖਣ ਦੀ ਕੋਸ਼ਿਸ਼ ਅਤੇ ਗਲਤੀ ਦਾ ਸਿਧਾਂਤ ਜਿਹੜਾ ਕਿਸ ਪ੍ਰਭਾਵ ਦੇ ਸਿਧਾਂਤ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ਤਾਂ ਜਿਹੜਾ ਟ੍ਰਾਇਲ ਐਂਡ ਐਰਰ ਥਿਊਰੀ ਹੈ ਜਿਹੜੀ ਕਿ ਥੋਰਨਡਾਈਕ ਦੇ ਦੁਆਰਾ ਦਿੱਤੀ ਗਈ ਸੀ ਉਹਨੂੰ ਆਪਾਂ ਲਾਅ ਆਫ ਪਲੇਜ਼ਰ ਐਂਡ ਪੇਨ ਵੀ ਕਹਿ ਦਿੰਨੇ ਹੁੰਦੇ ਆ ਲਾਅ ਆਫ ਪਲੇਜ਼ਰ ਐਂਡ ਪੇਨ ਇਹ ਥਿਊਰੀ ਮੈਂ ਤੁਹਾਨੂੰ ਕਰਾਵਾਂਗੀ ਇੱਕ ਸੈਪਰੇਟ ਵੀਡੀਓ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਥਿਊਰੀ ਹੈ ਠੀਕ ਹੈ ਇਹਦਾ ਰਾਈਟ ਆਨਸਰ ਹੈ ਜੋ অপਸ਼ਨ ਨੰਬਰ 2 ਹੈ ਨੈਕਸਟ ਕੁਐਸਚਨ ਹੈ ਸਮਾਜਿਕਕਰਨ ਜਾਂ ਸਮਾਜਿਕ ਵਿਕਾਸ ਦੀ ਪ੍ਰਕਿਰਿਆ ਰਾਹੀਂ ਇੱਕ ਪ੍ਰਕਿਰਤਿਕ ਜੀਵ ਦਾ ਵਿਕਾਸ ਮਨੁੱਖੀ ਸੱਖਸ਼ੀਅਤ ਦੇ ਰੂਪ ਵਿੱਚ ਹੁੰਦਾ ਹੈ ਕਿਸ ਨੇ ਕਿਹਾ ਇਹ ਡੈਫੀਨੇਸ਼ਨ ਹੈ ਜੀ ਇਹਦੇ ਵਿੱਚ ਕੁਝ ਸਮਝਾਉਣ ਵਾਲਾ ਹੈ ਨਹੀਂ ਇਹ ਯਾਦ ਕਰਨ ਦੀ ਹੈ ਗੈਰੇਟ ਦੇ ਦੁਆਰਾ ਜਿਹੜੀ ਪਰਿਭਾਸ਼ਾ ਦਿੱਤੀ ਗਈ ਸੀ ਅਗਲਾ ਕੁਐਸਚਨ ਹੈ ਆਪਣੇ ਕੋਲ ਅਕੋਰਡਿੰਗ ਟੂ ਸੋਸ਼ਲ ਕਨਸਟਰਕਟਿਵਿਜ਼ਮ ਯਾਨੀ ਕਿ ਸਮਾਜਿਕ ਨਿਰਮਾਣਤਾ ਦੇ ਅਨੁਸਾਰ ਗਿਆਨਾਤਮਕ ਵਿਕਾਸ ਕੀ ਹੈ ਕੌਗਨੀਟਿਵ ਡਿਵੈਲਪਮੈਂਟ ਕੀ ਹੈ ਠੀਕ ਹੈ ਇਹਦਾ ਰਾਈਟ ਆਨਸਰ ਹੈ ਜੀ ਬੁਨਿਆਦੀ ਤੌਰ ਤੇ ਆਪਣੇ ਸੱਭਿਆਚਾਰ ਨਾਲ ਸੰਬੰਧਿਤ ਦੇਖੋ ਸੋਸ਼ਲ ਦੇ ਵਿੱਚ ਜਦੋਂ ਆ ਗਿਆ ਤਾਂ ਉਹਦੇ ਵਿੱਚ ਸਮਾਜ ਤੇ ਸੱਭਿਆਚਾਰ ਆਏਗਾ ਹੀ ਆਏਗਾ ਜਿੱਥੇ ਵੀ ਸਮਾਜ ਤੇ ਸੱਭਿਆਚਾਰ ਆ ਗਿਆ ਉੱਥੇ ਆਪਣਾ ਸੋਸ਼ਲ ਕਨਸਟਰਕਟਿਵਿਜ਼ਮ ਜਿਹੜਾ ਟਿਕ ਕਰ ਦੇਣਾ ਹੈ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ ਨੈਕਸਟ ਕੁਐਸਚਨ ਵਾ ਵਾਦਦੇ ਆ ਇੱਕ ਵਿਦਿਆਰਥੀ ਕੰਪਿਊਟਰ ਦੀ ਜਮਾਤ ਦੇ ਵਿੱਚ ਇਹ ਦੇਖਦਾ ਹੈ ਕਿ ਉਸ ਦਾ ਜਮਾਤੀ ਕਿਵੇਂ ਕੰਮ ਕਿਵੇਂ ਜ਼ਿਆਦਾ ਕੰਮ ਨੂੰ ਵੀ ਹਾਸ ਖੇਡ ਕੇ ਕਰ ਲੈਂਦਾ ਹੈ ਇਹ ਦੇਖ ਕੇ ਉਹ ਵਿਦਿਆਰਥੀ ਵੀ ਜ਼ਿਆਦਾ ਕੰਮ ਕਰਨ ਦੇ ਵਿੱਚ ਜਿਹੜੀ ਹੈ ਖੁਸ਼ੀ ਦਾ ਅਨੁਭਵ ਕਰਦਾ ਹੈ ਇਹ ਕਾਦੀ ਉਦਾਹਰਣ ਹੈ ਤਾਂ ਇਹ ਹੈਗੀ ਹੈ ਇਮਿਟੇਟਿਡ ਬਿਹੇਵੀਅਰ ਇਮਿਟੇਟਨ ਹੁੰਦਾ ਜਦੋਂ ਆਪਾਂ ਕਿਸੇ ਦੀ ਨਕਲ ਕਰਦੇ ਹਾਂ ਜਦੋਂ ਆਪਾਂ ਨੂੰ ਕੋਈ ਵਿਅਕਤੀ ਦੀ ਕੋਈ ਗੱਲ ਚੰਗੀ ਲੱਗਦੀ ਹੈ ਆਪਾਂ ਉਹਨੂੰ ਆਪਣੇ ਬਿਹੇਵੀਅਰ ਦੇ ਵਿੱਚ ਐਡ ਕਰ ਲੈਂਦੇ ਹਾਂ ਵੀ ਹਾਂ ਇਹ ਚੀਜ਼ ਮੈਂ ਵੀ ਅੱਗੇ ਤੋਂ ਧਿਆਨ ਦੇ ਵਿੱਚ ਰੱਖਾਂਗਾ ਠੀਕ ਹੈ ਉਹ ਚੀਜ਼ ਕਿਦੇ ਵਿੱਚ ਆ ਕਲੀਅਰ ਹੈ ਨੈਕਸਟ ਕੁਐਸਚਨ ਹੈ ਜੀਵਾਤਮਕਵਾਦ ਤੋਂ ਕੀ ਭਾਵ ਹੈ ਯਾਨੀ ਐਨੀਮਿਜ਼ਮ ਤਾਂ ਇਹਦਾ ਰਾਈਟ ਆਨਸਰ ਹੁੰਦਾ ਹੈ ਜੀ ਬੇਜਾਮ ਬੇਜਾਨ ਵਸਤੂਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਹੀ ਨਹੀਂ ਹੈਗੀਆਂ ਉਹਦੇ ਵਿੱਚ ਜਦੋਂ ਆਪਾਂ ਸਮਝਦੇ ਕਿ ਹਾਂ ਉਹਦੇ ਵਿੱਚ ਸਾਹ ਚੱਲ ਰਹੇ ਨੇ ਜਾਂ ਉਹ ਚੀਜ਼ ਐਗਜ਼ਿਸਟ ਕਰਦੀ ਹੈ ਤਾਂ ਉਹਨੂੰ ਆਪਾਂ ਕਹਾਂਗੇ ਐਨੀਮਿਜ਼ਮ ਇੱਕ ਤਰੀਕੇ ਨਾਲ ਇਮੇਜਿਨੇਸ਼ਨ ਨੂੰ ਕਹਿ ਸਕਦੇ ਹਾਂ ਠੀਕ ਹੈ ਠੀਕ ਹੈ ਤਾਂ ਯਾਨੀ ਕਿ ਜਿਹੜੀ ਚੀਜ਼ਾਂ ਐਗਜ਼ਿਸਟਿੰਗ ਕਰ ਰਿਹਾ ਯਾਨੀ ਕਿ ਠੀਕ ਹੈ ਉਹਦੇ ਵਿੱਚ ਆਪਾਂ ਕਿਸੇ ਚੀਜ਼ ਨੂੰ ਹੋਂਦ ਮੰਨ ਰਿਹਾ ਹੋਂਦ ਮੰਨ ਰਿਹਾ ਬੇਜਾਨ ਵਸਤੂਆਂ ਦੀ ਤਾਂ ਆਪਾਂ ਉਹਨੂੰ ਕਹਾਂਗੇ ਐਨੀਮਿਜ਼ਮ ਇਹ ਕਨਸੈਪਟ ਆਈ ਥਿੰਕ ਹੈ ਜੀਨ ਪਿਆਜ਼ੇ ਦੇ ਦੁਆਰਾ ਜਿਹੜਾ ਦਿੱਤਾ ਗਿਆ ਸੀ ਆਪਾਂ ਨੇ ਪਿਆਜ਼ੇ ਦੀ ਥਿਊਰੀ ਦੇ ਵਿੱਚ ਵੀ ਇਸ ਨੂੰ ਕਵਰ ਕੀਤਾ ਸੀ ਨੈਕਸਟ ਕੁਐਸਚਨ ਆਪਾਂ ਵਾਦਦੇ ਹਾਂ ਜੀ ਸਿੱਖਿਆਰਥੀ ਨਾਲ ਸੰਬੰਧਿਤ ਕਿਹੜੇ ਕਾਰਕ ਹਨ ਜਿਹੜੇ ਸਿੱਖਣ ਉੱਪਰ ਅਸਰ ਪਾਉਂਦੇ ਹਨ ਫਸਟ ਹੈ ਜੀ ਫਿਜ਼ੀਕਲ ਤੇ ਮੈਂਟਲ ਹੈਲਥ ਸੈਕੰਡ ਹੈ ਐਸਪੀਰੇਸ਼ਨ ਐਂਡ ਅਚੀਵਮੈਂਟ ਮੋਟੀਵੇਸ਼ਨ ਥਰਡ ਰੀਡਨੈਸ ਐਂਡ ਵਿਲ ਪਾਵਰ ਤਾਂ ਹੀ ਸਾਰੇ ਹੀ ਬੱਚੇ ਦੇ ਸਿੱਖਣ ਦੇ ਵਿੱਚ ਅਸਰ ਕਰਦੇ ਨੇ ਇਹਦਾ ਰਾਈਟ ਆਨਸਰ ਆਏਗਾ 올 ਆਫ ਦੀ ਅਬਵ ਨੈਕਸਟ ਕੁਐਸਚਨ ਹੈ ਇੱਕ ਬੁੱਧੀਮਾਨ ਵਿਅਕਤੀ ਪੜ੍ਹਾਈ ਠੀਕ ਤਰ੍ਹਾਂ ਨਹੀਂ ਕਰ ਰਿਹਾ ਅਧਿਆਪਕ ਵਾਸਤੇ ਕਾਰਵਾਈ ਦੀ ਸਭ ਤੋਂ ਬਿਹਤਰ ਵਿਧੀ ਕਿਹੜੀ ਹੈ ਯਾਨੀ ਕਿ ਬੱਚਾ ਇੰਟੈਲੀਜੈਂਟ ਹੈ ਲੇਕਿਨ ਉਹ ਪੜ੍ਹਾਈ ਨਹੀਂ ਕਰ ਪਾ ਰਿਹਾ ਕਿਉਂ ਨਹੀਂ ਕਰ ਪਾ ਰਿਹਾ ਉਹਦਾ ਰੀਜ਼ਨ ਦੇਖ ਰਹੇ ਨੇ ਹੋ ਠੀਕ ਹੈ ਵੀ ਕਿਹੜਾ ਮੈਥਡ ਹੈ ਜਿਹਦੇ ਨਾਲ ਹੀ ਬੀ ਟੀਚਰ ਜਿਹੜਾ ਵਧੀਆ ਸਿਖਾ ਸਕਦਾ ਹੈ ਫਰਸਟ ਆਪਸ਼ਨ ਹੈ ਜਿੰਨਾ ਚਿਰ ਉਸ ਦਾ ਪ੍ਰਸ਼ਨ ਬਿਹਤਰ ਨਹੀਂ ਹੋ ਜਾਂਦਾ ਉੰਨਾ ਚਿਰ ਇੰਤਜ਼ਾਰ ਕਰੇ ਇਹ ਤਾਂ ਕੋਈ ਪੁ ਸੈਕੰਡ অপਸ਼ਨ ਆ ਉਸਦੀ ਘੱਟ ਉਪਲਬਧੀ ਦਾ ਕਾਰਨ ਪਤਾ ਕਰੋ ਰੀਜ਼ਨ ਦੇਖੋ ਥਰਡ ਹੈ ਉਸ ਨੂੰ ਰਿਆਇਤੀ ਅੰਕ ਦੇਵੋ ਤਾਂ ਇਹ ਜਿਹੜਾ 12ਵਾਂ ਕੁਸ਼ਨ ਹੈ ਇਹਦੇ ਵਿੱਚ ਦੇਖੋ ਮੇਨ ਚੀਜ਼ ਹੈ ਬੱਚਾ ਕੀ ਹੈ ਇੰਟੈਲੀਜੈਂਟ ਹੈ ਯਾਨੀ ਬੱਚਾ ਸਿੱਖ ਸਕਦਾ ਹੈ ਲੇਕਿਨ ਸਿੱਖਿਆ ਨਹੀਂ ਉਹਨੇ ਠੀਕ ਤਰ੍ਹਾਂ ਨਹੀਂ ਕਰਿਆ ਕਿਉਂ ਉਹਦਾ ਰੀਜ਼ਨ ਪਤਾ ਕਰਨਾ ਆਪਾਂ ਨੇ ਨਾ ਕਿ ਉਹਨੂੰ ਡੀਮੋਟੀਵੇਟ ਕਰਨਾ ਤਾਂ ਇਹਦਾ ਰਾਈਟ ਆਂਸਰ ਹੋਏਗਾ ਜੀ অপਸ਼ਨ ਨੰਬਰ ਸੈਕੰਡ ਉਸਦੀ ਘੱਟ ਉਪਲਬਧੀ ਦਾ ਕਾਰਨ ਪਤਾ ਕਰੋ ਠੀਕ ਹੈ ਤਾਂ ਇਹ ਕੁਝ ਕੁਐਸ਼ਨ ਜਿਹੜੇ ਨੇ ਇਸ ਟੌਪਿਕ ਦੇ ਵਿੱਚੋਂ ਸੀ ਜਿਹੜੇ ਆਪਾਂ ਨੇ ਤਿੰਨ ਟੌਪਿਕ ਉੱਪਰ ਕਰੇ ਨੇ ਕਲੀਅਰ ਹੈ ਜੀ ਤਾਂ ਹੁਣ ਦੇਖੋ ਬੇਸਿਕ ਪ੍ਰੋਸੈਸਸਸ ਆਫ ਟੀਚਿੰਗ ਐਂਡ ਲਰਨਿੰਗ ਦੇ ਵਿੱਚ ਹੈਗਾ ਲਰਨਿੰਗ ਐਜ਼ ਅ ਸੋਸ਼ਲ ਐਕਟੀਵਿਟੀ ਇਹਦੇ ਵਿੱਚ ਇੱਕ ਥਿਊਰੀ ਹੈ ਜੀ ਜਿਸ ਨੂੰ ਆਪਾਂ ਕਹਾਂਗੇ ਸੋਸ਼ਲ ਕਨਸਟਰਕਟਿਵ ਲਰਨਿੰਗ ਥਿਊਰੀ ਯਾਨੀ ਕਿ ਸਮਾਜਿਕ ਰਚਨਾਤਮਕਵਾਦੀ ਸਿੱਖਣ ਸਿਧਾਂਤ ਉਹ ਥਿਊਰੀ ਬਹੁਤ ਛੋਟੀ ਜਿਹੀ ਥਿਊਰੀ ਆ ਉਹ ਕਵਰ ਕਰਾਂਗੇ ਤੇ ਲਾਸਟ ਫਿਰ ਆਪਣੇ ਕੋਲ ਰਹਿ ਜਾਏਗਾ ਜੀ ਚਾਈਲਡ ਐਜ਼ ਅ ਪ੍ਰੋਬਲਮ ਸੋਲਵਰ ਤੇ 에ਰਰਸ ਠੀਕ ਹੈ ਤਾਂ ਪਹਿਲਾਂ ਆਪਾਂ ਥਿਊਰੀ ਕਵਰ ਕਰਦੇ ਹਾਂ ਜੀ ਹੁਣ ਇਸ ਥਿਊਰੀ ਦਾ ਨਾਮ ਹੈਗਾ ਆਪਣੇ ਕੋਲ ਸੋਸ਼ਲ ਕਨਸਟਰਕਟਿਵਿਟਮ ਲਰਨਿੰਗ ਥਿਊਰੀ ਯਾਨੀ ਕਿ ਸਮਾਜਿਕ ਰਚਨਾਤਮਕਵਾਦੀ ਸਿੱਖਣ ਸਿਧਾਂਤ ਜਾਂ ਫਿਰ ਸਿੱਖਣ ਥਿਊਰੀ ਠੀਕ ਹੈ ਇਹ ਜਿਹੜਾ ਸਿਧਾਂਤ ਹੈ ਇਹਦੇ ਵਿੱਚ ਮੇਨ ਤਿੰਨ ਚੀਜ਼ਾਂ ਤੇ ਫੋਕਸ ਕੀਤਾ ਗਿਆ ਕਿੰਨੇ ਚੀਜ਼ਾਂ ਤੇ ਤਿੰਨ ਚੀਜ਼ਾਂ ਤੇ ਕਿਹੜੇ-ਕਿਹੜੇ ਫਸਟ ਹੈ ਰਿਐਲਿਟੀ ਯਾਨੀ ਕਿ ਵਸਤਵਿਕਤਾ ਸੈਕੰਡ ਹੈ ਗਿਆਨ ਯਾਨੀ ਕਿ ਨੋਲੇਜ ਤੇ 3rd ਹੈ ਲਰਨਿੰਗ ਯਾਨੀ ਸਿੱਖਣਾ ਇਹਨਾਂ ਤਿੰਨ ਚੀਜ਼ਾਂ ਤੇ ਜਿਹੜਾ ਮੇਨ ਫੋਕਸ ਕੀਤਾ ਗਿਆ ਹੈ ਗੱਲ ਕਰ ਲਈ ਰਿਐਲਿਟੀ ਦੀ ਯਾਨੀ ਵਸਤਵਿਕਤਾ ਇਸ ਸਿਧਾਂਤ ਦੇ ਅਨੁਸਾਰ ਜਿਹੜੀ ਰਿਐਲਿਟੀ ਹੈ ਉਸ ਦੀ ਰਚਨਾ ਮਨੁੱਖ ਅਤੇ ਸਮਾਜ ਦੀਆਂ ਆਪਸੀ ਗਤੀਵਿਧੀਆਂ ਦੇ ਦੁਆਰਾ ਹੁੰਦੀ ਹੈ ਰਿਐਲਿਟੀ ਕੀ ਹੁੰਦਾ ਜਦੋਂ ਆਪਾਂ ਸਮਾਜ ਦੇ ਵਿੱਚ ਵਿਚਰਦੇ ਆ ਮਨੁੱਖ ਵਿਚਰਦਾ ਹੈ ਉਸ ਚੀਜ਼ ਨੂੰ ਅਬਜ਼ਰਵ ਕਰਦਾ ਹੈ ਕਿ ਅਸਲ ਚ ਸੱਚਾਈ ਕੀ ਹੈ ਠੀਕ ਹੈ ਕੀ ਚੱਲ ਰਿਹਾ ਏ ਉਹ ਅਜੇ ਹੀ ਕੋਈ ਵਸਤੂ ਨਹੀਂ ਹੈਗੀ ਵੀ ਜਿਹੜੀ ਮੰਨ ਲਓ ਵੀ ਬੱਚੇ ਨੂੰ ਨਾ ਪਤਾ ਹੋਵੇ ਹਨਾ ਉਸ ਸਮੇਂ ਜਦੋਂ ਰਿਐਲਿਟੀ ਰਿਐਲਿਟੀ ਹੁੰਦਾ ਵੀ ਜੋ ਉਹ ਦੇਖ ਰਿਹਾ ਜੋ ਉਹਨੂੰ ਪਤਾ ਲੱਗ ਰਿਹਾ ਹੈ ਕਲੀਅਰ ਹੈ ਰੀਅਲਿਟੀ ਕਹੇ ਜੀ ਚੀਜ਼ ਹੁੰਦੀ ਹੈ ਜਿਹੜਾ ਬੱਚਾ ਆਪਣੇ ਆਪ ਸਿੱਖਦਾ ਹੈ ਆਪਣੇ ਆਪ ਅਬਜ਼ਰਵ ਕਰਦਾ ਹੈ ਹੁਣ ਤੁਸੀਂ ਮੰਨ ਲਓ ਕੋਈ ਬੱਚਾ ਰੋ ਰਿਹਾ ਹੈ ਠੀਕ ਹੈ ਤੁਹਾਡੇ ਸਾਹਮਣੇ ਤੇ ਆਪਾਂ ਦੂਜੇ ਬੱਚੇ ਨੂੰ ਕਹਿ ਰਹੇ ਨੇ ਕਿ ਦੇਖੋ ਬੱਚਾ ਹੱਸ ਰਿਹਾ ਹੈ ਲੇਕਿਨ ਬੱਚੇ ਨੂੰ ਤਾਂ ਰਿਅਲਿਟੀ ਪਤਾ ਨਾ ਕਿ ਉਹ ਰੋ ਰਿਹਾ ਹੈ ਉਹ ਕੀ ਹੋ ਗਈ ਵਾਸਤਵਿਕਤਾ ਹੋ ਗਈ ਯਾਨੀ ਕਿ ਬੱਚੇ ਦੇ ਵਿੱਚ ਮੇਨ ਜਿਹੜੀ ਪਹਿਲੀ ਚੀਜ਼ ਹੁੰਦੀ ਹੈ ਸਿੱਖਣ ਦੀ ਉਹ ਹੁੰਦੀ ਹੈ ਰਿਅਲਿਟੀ ਬੱਚਾ ਰਿਅਲਿਟੀ ਸਿੱਖਦਾ ਹੈ ਤੇ ਰਿਅਲਿਟੀ ਤੋਂ ਸਿੱਖਦਾ ਹੈ ਠੀਕ ਹੈ ਸੈਕੰਡ ਹੈ ਨੋਲੇਜ ਗਿਆਨ ਇਸ ਸਿਧਾਂਤ ਦੇ ਅਨੁਸਾਰ ਗਿਆਨ ਦੀ ਸਿਰਜਣਾ ਮਨੁੱਖ ਦੁਆਰਾ ਕੀਤੀ ਗਈ ਹੈ ਅਤੇ ਇਸ ਦੀ ਰਚਨਾ ਸਮਾਜਿਕ ਅਤੇ ਸੱਭਿਆਚਾਰਕ ਸਾਧਨਾਂ ਦੇ ਦੁਆਰਾ ਕੀਤੀ ਜਾਂਦੀ ਹੈ। ਠੀਕ ਹੈ ਗਿਆਨ ਦੇ ਅਰਥਾਂ ਤੇ ਸੂਝ ਸਮਝ ਦੀ ਰਚਨਾਵਕਤੀ ਦੇ ਦੁਆਰਾ ਕਹਿ ਲੋ ਵੀ ਜੋ ਉਹ ਐਕਟੀਵिटीज ਕਰਦਾ ਹੀ ਉਹਦੇ ਰਾਹੀਂ ਉਹਨੂੰ ਗਿਆਨ ਵਧਦਾ ਜਾਂਦਾ ਹੈ ਦੇਖੋ ਅੱਜ ਆਪਣੇ ਕੋਲ ਕੋਈ ਸਮੱਸਿਆ ਆ ਗਈ ਆਪਾਂ ਨੇ ਉਹ ਹੱਲ ਕਰੀ ਆਪਣੇ ਗਿਆਨ ਦੇ ਵਿੱਚ ਕੀ ਹੋ ਗਿਆ ਵਾਧਾ ਹੋ ਗਿਆ ਆਪਾਂ ਨੂੰ ਸਮੱਸਿਆ ਹੱਲ ਕਰਨੀ ਆ ਗਈ ਕੋਈ ਹੋਰ ਪ੍ਰੋਬਲਮ ਆਈ ਆਪਾਂ ਨੇ ਉਹਨੂੰ ਵੀ ਹੱਲ ਕਰਿਆ ਇਸ ਤਰੀਕੇ ਨਾਲ ਹੌਲੀ-ਹੌਲੀ ਆਪਣਾ ਕੀ ਹੋ ਗਿਆ ਗਿਆਨ ਦੇ ਵਿੱਚ ਵਾਧਾ ਹੋਇਆ ਤਾਂ ਇਹਦਾ ਗਿਆਨ ਵਾਲਾ ਕਨਸੈਪਟ ਹੈ ਉਹ ਕਹਿੰਦਾ ਵੀ ਜਦੋਂ ਆਪਾਂ ਡੇਲੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹਾਂ ਡੇਲੀ ਐਕਟੀਵिटीज ਕਰਦੇ ਹਾਂ ਡੇਲੀ ਅੰਤਰਕਿਰਿਆਵਾਂ ਕਰਦੇ ਹਾਂ ਉਹਨਾਂ ਰਾਹੀਂ ਆਪਣਾ ਗਿਆਨ ਵਧਦਾ ਹੈ ਠੀਕ ਹੈ ਥਰਡ ਆਪਣੇ ਕੋਲ ਪੁਆਇੰਟ ਹੈ ਲਰਨਿੰਗ ਯਾਨੀ ਸਿੱਖਣਾ ਸਿੱਖਣ ਦਾ ਕਨਸੈਪਟ ਕਹਿੰਦਾ ਹੈ ਵੀ ਜਿਹੜੀ ਲਰਨਿੰਗ ਹੈ ਉਹ ਇੱਕ ਸਮਾਜਿਕ ਪ੍ਰਕਿਰਿਆ ਹੈ ਯਾਨੀ ਸਮਾਜ ਦੇ ਵਿੱਚ ਹੀ ਬੱਚਾ ਸਿੱਖ ਸਕਦਾ ਹੈ ਸਮਾਜ ਦੇ ਵਿੱਚ ਹੀ ਇਨਪੁਟ ਆਉਟਪੁਟ ਹੁੰਦੇ ਨੇ ਕਲੀਅਰ ਹੈ ਜਿਹੜਾ ਬੱਚਾ ਇਹ ਵਿਅਕਤੀ ਹੈ ਪ੍ਰਭਾਵਸ਼ਾਲੀ ਤੇ ਸਹੀ ਸਿੱਖਣਾ ਜੇਕਰ ਉਹਨੇ ਤਾਂ ਸਮਾਜ ਦੇ ਵਿੱਚ ਰਹਿ ਕੇ ਹੀ ਸਿੱਖੇਗਾ ਸਮਾਜ ਤੋਂ ਅਲੱਗ ਹੋ ਕੇ ਨਹੀਂ ਸਿੱਖ ਸਕਦਾ ਤਾਂ ਇਹ ਤਿੰਨ ਕਨਸੈਪਟ ਇਸ ਥਿਊਰੀ ਦੇ ਵਿੱਚ ਜਿਹੜਨੇ ਉਹ ਦਿੱਤੇ ਗਏ ਸੀ ਕਲੀਅਰ ਹੈ ਹੁਣ ਜਿਹੜੀ ਸਿੱਖਣ ਦੀ ਪ੍ਰਕਿਰਤੀ ਆ ਉਹਦੇ ਵਿੱਚ ਜਿਹੜਾ ਬੱਚਾ ਹੈ ਉਹ ਯੂਨਿਕ ਹੁੰਦਾ ਹੈ ਐਜ਼ ਅ ਲਰਨਿੰਗ ਦੇਖੋ ਤਿੰਨ ਬੱਚੇ ਨੇ ਤਿੰਨਾ ਬੱਚਿਆਂ ਦੀ ਹਾਈਟ ਚਾਹੇ ਸੇਮ ਹੋਵੇ ਰੰਗ ਜੇਕਰ ਸੇਮ ਹੋਵੇ ਲੇਕਿਨ ਉਹਨਾਂ ਦਾ ਦਿਮਾਗ ਅਲੱਗ-ਅਲੱਗ ਹੈ ਇਹ ਬੱਚਾ ਹੋਰ ਤਰੀਕੇ ਨਾਲ ਸਿੱਖੇਗਾ ਇਹ ਹੋਰ ਨਾਲ ਇਹ ਹੋਰ ਨਾਲ ਉਹ ਯੂਨਿਕ ਹੈ ਇੰਡੀਵੀਜੁਐਲਿਟੀ ਹੈ ਠੀਕ ਹੈ ਸੈਕਿੰਡ ਹੈ ਬੈਕਗ੍ਰਾਉਂਡ ਐਂਡ ਕਲਚਰਲ ਕਲਚਰਲ ਤੇ ਜਿਹੜਾ ਬੈਕਗ੍ਰਾਉਂਡ ਹੈ ਉਹ ਵੀ ਡਿਪੈਂਡ ਕਰਦਾ ਹੈ ਬੱਚੇ ਦੀ ਲਰਨਿੰਗ ਤੇ ਕਿਸ ਤਰੀਕੇ ਦਾ ਹੈ ਇਨਵੋਲਵਮੈਂਟ ਆਫ ਦਾ ਲਰਨਰ ਦੇਖੋ ਇੱਕ ਬੱਚਾ ਦਾ ਪੂਰਾ ਇਨਵੋਲਵ ਹੋ ਰ ਕਿਸੇ ਕੰਮ ਦੇ ਵਿੱਚ ਦੂਜਾ ਧਿਆਨ ਹੀ ਨਹੀਂ ਦੇ ਰਿਹਾ ਕਿਹੜਾ ਬੱਚਾ ਜ਼ਿਆਦਾ ਸਿੱਖੇਗਾ ਇਨਵੋਲਵਮੈਂਟ ਵਾਲਾ ਇਹ ਵੀ ਡਿਪੈਂਡ ਕਰਦਾ ਹੈ ਠੀਕ ਹੈ ਮੋਟੀਵੇਸ਼ਨ ਡਿਪੈਂਡ ਕਰਦੀ ਹੈ ਰੋਲ ਆਫ ਟੀਚਰ ਟੀਚਰ ਕਿਸ ਤਰੀਕੇ ਦਾ ਰੋਲ ਅਦਾ ਕਰ ਰਿਹਾ ਕਿਸ ਤਰੀਕੇ ਨਾਲ ਇਨਸਟ੍ਰਕਟ ਕਰ ਰਿਹਾ ਕਿਸ ਤਰੀਕੇ ਨਾਲ ਸਿਖਾ ਰਿਹਾ ਉਹ ਵੀ ਡਿਪੈਂਡ ਕਰਦਾ ਹੈ ਬੱਚੇ ਦੀ ਸਿੱਖਣ ਤੇ ਯਾਨੀ ਕਿ ਥਿਉਰੀ ਕਹਿੰਦੀ ਹੈ ਵੀ ਇਹ ਜਿਹੜੇ ਮੈਥਡ ਨੇ ਇਹਨਾਂ ਦੇ ਰਾਹੀਂ ਹੀ ਬੱਚਾ ਸਿੱਖਦਾ ਹੈ ਇਹਨਾਂ ਦੇ ਚੀਜ਼ਾਂ ਦੇ ਰਾਹੀਂ ਹੀ ਬੱਚਾ ਜਿਹੜਾ ਵਧੀਆ ਤਰੀਕੇ ਨਾਲ ਕਹਿ ਲੋ ਵੀ ਸਿੱਖਣ ਦੇ ਵਿੱਚ ਮਾਹਿਰ ਹੁੰਦਾ ਹੈ ਠੀਕ ਹੈ ਤਾਈ ਛੋਟੀ ਜੀ ਥਿਉਰੀ ਸੀ ਆਈ ਹੋਪ ਤੁਹਾਨੂੰ ਸਮਝ ਆ ਗਿਆ ਜਿਸ ਦੇ ਵਿੱਚ ਸਿਰਫ ਤਿੰਨ ਕਨਸੈਪਟ ਸਮਝਣ ਵਾਲੇ ਸੀ ਉਹ ਮੈਂ ਤੁਹਾਨੂੰ ਆਲਰੇਡੀ ਸਮਝਾ ਚੁੱਕੀ ਹਾਂ ਉਸ ਤੋਂ ਬਾਅਦ ਹੈ ਆਪਣੇ ਕੋਲ ਚਾਈਲਡ ਐਜ਼ ਅ ਪ੍ਰੋਬਲਮ ਸੋਲਵਰ ਐਂਡ ਅ ਸਾਇੰਟਿਫਿਕ ਇਨਵੈਸਟੀਗੇਟਰ ਦੇਖੋ ਜਿਹੜਾ ਬੱਚਾ ਹੁੰਦਾ ਏ ਉਹ ਨੂੰ ਕੀ ਕਰਦੇ ਆਪਾਂ ਉਹ ਨੂੰ ਆਪਾਂ ਕਹਿ ਕੇ ਨਹੀਂ ਸਮਝਾ ਸਕਦੇ ਕੋਈ ਜੀ ਛੋਟੇ ਬੱਚੇ ਨੂੰ ਉਹ ਆਪ ਕਰੇਗਾ ਤਾਂ ਸਮਝੇਗਾ ਇੱਕ ਟਰਮ ਹੈ ਜੀ ਜਿਸ ਦਾ ਨਾਮ ਹੈ ਆਈਡੀਅਲ ਠੀਕ ਹੈ ਆਈਡੀਅਲ ਜਦੋਂ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਸੋਲਵ ਆਪਾਂ ਨੇ ਕੋਈ ਪ੍ਰੋਬਲਮ ਕਰਨੀ ਹੈ ਉਹਦਾ ਇੱਕੇ ਮੈਥਡ ਹੈ ਜਿਸ ਨੂੰ ਆਪਾਂ ਆਈਡੀਅਲ ਕਹਿ ਸਕਦੇ ਹਾਂ ਆਈਡੀਅਲ ਯਾਨੀ ਆਈ ਤੋਂ ਆਈਡੈਂਟੀਫਾਈ ਦਾ ਪ੍ਰੋਬਲਮ ਪਹਿਲਾਂ ਪ੍ਰੋਬਲਮ ਨੂੰ ਪਛਾਣੋ ਕਿ ਪ੍ਰੋਬਲਮ ਹੈਗੀ ਕੀ ਹੈ ਪਤਾ ਲੱਗਿਆ ਪ੍ਰੋਬਲਮ ਕੀ ਹੈ ਫਿਰ ਡਿਸਕ੍ਰਾਈਬ ਦਾ ਆਊਟਕਮ ਯਾਨੀ ਕਿ ਦੇਖੋ ਉਹਦਾ ਕੀ ਨਤੀਜਾ ਹੋ ਸਕਦਾ ਹੈ ਕਿ ਉਹਦਾ ਹੱਲ ਕਰ ਸਕਦੇ ਆਪਾਂ ਠੀਕ ਹੈ ਥਰਡ ਐਕਸਪਲੋਰ ਪੋਸੀਬਲ ਸਟ੍ਰੈਟਜਿਸ ਯਾਨੀ ਉਹਦੇ ਹੱਲ ਲੱਭੋ ਇਹ ਵੀ ਹੱਲ ਹੋ ਸਕਦਾ ਹੈ ਇਹਦੇ ਨਾਲ ਇਹ ਮੈਥਡ ਹੋਊਗਾ ਇਹ ਰਿਜ਼ਲਟ ਆਏਗਾ ਸੈਕੰਡ ਮੈਥ ਥਰਡ ਮੈਥਡ ਇਸ ਤਰੀਕੇ ਨਾਲ ਆਪਾਂ ਅਲੱਗ-ਅਲੱਗ ਕਹਿ ਲਓ ਵੀ ਉਹਦੇ ਸੋਲੂਸ਼ਨ ਲੱਭ ਰਹੇ ਹਾਂ ਠੀਕ ਹੈ ਐਂਟੀਸੀਪੇਟ ਆਊਟਕਮ ਐਂਡ ਐਕਟ ਇੱਕ ਹੱਲ ਲੱਭ ਲਓ ਫਿਰ ਉਹਨੂੰ ਕਰੋ ਉਹ ਹੱਲ ਕਰਕੇ ਉਸ ਪ੍ਰੋਬਲਮ ਨੂੰ ਖਤਮ ਕਰ ਦਿਓ ਤੇ ਲਾਸਟ ਦੇ ਵਿੱਚ ਲੁੱਕ ਐਂਡ ਲਰਨ ਉਹ ਤੋਂ ਸਿੱਖੋ ਯਾਨੀ ਕਿ ਆਈਡਲ ਮੈਥਡ ਹੁੰਦਾ ਹੈ ਜਿਸ ਦੇ ਨਾਲ ਅਸੀਂ ਆਪਾਂ ਸਮੱਸਿਆ ਨੂੰ ਹੱਲ ਕਰਦੇ ਹਾਂ ਸਟੈਪ ਬਾਈ ਸਟੈਪ ਠੀਕ ਹੈ ਇਹਦੀ ਫੁੱਲ ਫਾਰਮ ਯਾਦ ਰੱਖ ਕਲੀਅਰ ਹੈ ਹੁਣ ਜੇ ਬੱਚੇ ਨੂੰ ਗੱਲ ਕਰੀਏ ਬੱਚੇ ਐਜ਼ ਅ ਸਾਇੰਟੀਫਿਕ ਇਨਵੈਸਟੀਗੇਟਰ ਕਿਸ ਤਰੀਕੇ ਨਾਲ ਕੰਮ ਕਰਦੇ ਨੇ ਤਾਂ ਦੇਖੋ ਜਿਹੜੇ ਬੱਚੇ ਹੁੰਦੇ ਨੇ ਉਹ ਕੀ ਕਰਦੇ ਨੇ ਉਹ ਕਿਸੇ ਵੀ ਪ੍ਰੋਬਲਮ ਨੂੰ ਆਈਡੀਅਲ ਦੇ ਥਰੂ ਸੋਲਵ ਕਰਦੇ ਨੇ ਜਿਹੜੀ ਕਿ ਮੈਂ ਤੁਹਾਨੂੰ ਪਿੱਛੇ ਸਮਝਾਇਆ ਹੈ ਇਹ ਜਿਹੜਾ ਆਈਡੀਅਲ ਦਾ ਕਨਸੈਪਟ ਹੈ ਦੋ ਸਾਈਕੋਲੋਜਿਸਟ ਦੇ ਦੁਆਰਾ ਦਿੱਤਾ ਗਿਆ ਸੀ ਜਿਸ ਦਾ ਨਾਮ ਸੀ ਜohn bronsford ਤੇ berry sutin ਉਹਨਾਂ ਦੇ ਦੁਆਰਾ ਦਿੱਤਾ ਗਿਆ ਸੀ ਠੀਕ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਪਹਿਲਾਂ ਸਮੱਸਿਆ ਨੂੰ ਪਛਾਣੋ ਠੀਕ ਹੈ ਫੇਸ ਸਮੱਸਿਆ ਨੂੰ ਪਰਿਭਾਸ਼ਿਤ ਕਰੋ ਯਾ ਉਹਦੇ ਪ੍ਰਯੋਗ ਕਰੋ ਫਿਰ ਉਹਦੀਆਂ ਤਕਨੀਕਾਂ ਦੇਖੋ ਕਿ ਕਿਸ ਕਿਸ ਤਰੀਕੇ ਨਾਲ ਉਹਦਾ ਹੱਲ ਹੁੰਦਾ ਏ ਫਿਰ ਉਹਦਾ ਤਰੀਕਾ ਲੱਭੋ ਹੱਲ ਕਰੋ ਤੇ ਫਿਰ ਉਹਦੇ ਤੋਂ ਸਿੱਖੋ ਤੇ ਉਹਦਾ ਮੁਲਾਂਕਣ ਕਰੋ ਕਲੀਅਰ ਹੈ ਤਾਂ ਹੀ ਪ੍ਰਭਾਵਸ਼ਾਲੀ ਸਮੱਸਿਆ ਜਿਹੜੀ ਹੱਲ ਹੁੰਦੀ ਹੈ ਠੀਕ ਹੈ ਠੀਕ ਹੈ ਤਾਂ ਬੱਚੇ ਇਸ ਤਰੀਕੇ ਨਾਲ ਸਮੱਸਿਆਵਾਂ ਨੂੰ ਹੱਲ ਕਰਦੇ ਨੇ ਉਸ ਤੋਂ ਬਾਅਦ ਦੇਖੋ ਚਾਰ ਤਰੀਕੇ ਦੇ ਬੱਚੇ ਹੁੰਦੇ ਨੇ ਯਾਨੀ ਕਹਿ ਲਓ ਵੀ ਚਾਰ ਤਰੀਕੇ ਦੀ ਐਬਿਲਿਟੀਆਂ ਹੁੰਦੀਆਂ ਨੇ ਬੱਚਿਆਂ ਦੇ ਵਿੱਚ ਫਰਸਟ ਹੁੰਦੀ ਹੈ ਜੀ ਚਿਲड्रन ਵਿਦ ਸਾਇੰਟਿਫਿਕ ਐਬਿਲਿਟੀ ਯਾਨੀ ਜਿਹਦੇ ਵਿੱਚ ਬੱਚਿਆਂ ਦੇ ਵਿੱਚ ਜ਼ਿਆਦਾ ਸਾਇੰਸ ਦੇ ਰਿਲੇਟਡ ਇੰਟਰਸਟ ਦੇਖਣ ਨੂੰ ਮਿਲਦਾ ਹੈ ਬੱਚੇ ਵਿਗਿਆਨਿਕ ਯੋਗਤਾ ਵਾਲੇ ਬੱਚੇ ਠੀਕ ਹੈ ਇਸ ਤਰੀਕੇ ਦੇ ਬੱਚੇ ਜਿਹੜੇ ਕਹਿ ਲਓ ਮੈਥ ਤੇ ਵਿੱਚ ਤੇ ਸਾਇੰਸ ਦੇ ਵਿੱਚ ਤੇਜ਼ ਹੁੰਦੇ ਨੇ ਉਹਨਾਂ ਦੀ ਇਮੇਜਿਨੇਸ਼ਨ ਪਾਵਰ ਬਹੁਤ ਜ਼ਿਆਦਾ ਫਾਸਟ ਹੁੰਦੀ ਹੈ ਤੇਜ਼ ਹੁੰਦੀ ਹੈ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਰੀਜ਼ਨ ਜਾਨਣਾ ਜ਼ਿਆਦਾ ਇੰਟਰਸਟਿੰਗ ਹੁੰਦਾ ਹੈ ਜੇਕਰ ਤੁਸੀਂ ਕਹਿ ਦੋ ਵੀ ਇਹ ਪਾਣੀ ਗਰਮ ਹੈ ਇਹ ਉਬਲ ਰਿਹਾ ਹੈ ਉਹ ਕਿਉਂ ਉਬਲ ਰਿਹਾ ਹੈ ਕਿਸ ਤਰੀਕੇ ਨਾਲ ਉਬਲ ਰਿਹਾ ਹੈ ਜਿਹੜੇ ਬੱਚੇ ਪ੍ਰਸ਼ਨ ਪੁੱਛਣਗੇ ਯਾਨੀ ਉਹਨਾਂ ਦੇ ਵਿੱਚ ਵਿਗਿਆਨਿਕ ਯੋਗਤਾ ਹੈ ਠੀਕ ਹੈ ਇਹ ਜਿਹੇ ਬੱਚੇ ਕਹਿ ਲੋ ਵੀ ਬਹੁਤ ਜ਼ਿਆਦਾ ਐਕਸਪੈਰੀਮੈਂਟ ਕਰਕੇ ਖੁਸ਼ ਹੁੰਦੇ ਨੇ ਇਹਨਾਂ ਨੂੰ ਕਹਿੰਦੇ ਆਪਾਂ ਵਿਗਿਆਨਿਕ ਯੋਗਤਾ ਵਾਲੇ ਬੱਚੇ ਠੀਕ ਹੈ ਸਾਇੰਟਿਫਿਕ ਜਿਹੜੇ ਐਕਸਪੈਰੀਮੈਂਟ ਕਰਦੇ ਨੇ ਠੀਕ ਹੈ ਅੱਗੇ ਹੁੰਦਾ ਆਪਣੇ ਕੋਲ ਯੰਤਰਿਕ ਯੋਗਤਾ ਵਾਲੇ ਬੱਚੇ ਯਾਨੀ ਕਿ ਚਿਲਡਰਨ ਵਿਦ ਮੈਕੈਨੀਕਲ ਸਕਿਲਸ ਠੀਕ ਹੈ ਵਿਦਿਆਰਥੀ ਯੰਤਰਿਕ ਸਵੈ ਚਲਿਤ ਯੰਤਰਾ ਤੇ ਮਸ਼ੀਨਾਂ ਦੇ ਵਿੱਚ ਜਿਹੜੇ ਇੰਟਰਸਟ ਦਿਖਾਉਂਦੇ ਨੇ ਹੁਣ ਕਈ ਬੱਚੇ ਵੱਡੇ ਹੋ ਕੇ ਜਦੋਂ ਕਰੀਅਰ ਬਣਾਉਂਦੇ ਨੇ ਤਾਂ ਉਹ ਇਹਨਾਂ ਚੀਜ਼ਾਂ ਦੇ ਵਿੱਚ ਬਣਾਉਂਦੇ ਨੇ ਕਿਉਂਕਿ ਉਹਨਾਂ ਦਾ ਇੰਟਰਸਟ ਹੁੰਦਾ ਏ ਠੀਕ ਹੈ ਉਸ ਨੂੰ ਉਹਨਾਂ ਵਸਤੂਆਂ ਦਾ ਸ਼ੌਂਕ ਹੁੰਦਾ ਜਿੰਦੇ ਵਿੱਚ ਯੰਤਰਿਕ ਸਾਧਨ ਹੋਣ ਜਿਵੇਂ ਰੇਡੀਓ, ਟੀਵੀ, ਮਾਡਲ ਗੱਡੀਆਂ ਠੀਕ ਹੈ ਜਿਦੇ ਵਿੱਚ ਕੰਸਟਰਕਸ਼ਨ ਹੋਵੇ ਗੈਜਟਸ ਦੀ ਮੁਰੰਮਤ ਕਰਨਾ ਬੱਚੇ ਨੂੰ ਪਸੰਦ ਹੈ ਠੀਕ ਹੈ ਯੰਤਰਿਕ ਸਮੱਸਿਆਵਾਂ ਨੂੰ ਬੱਚਾ ਸੋਲਵ ਕਰ ਰਿਹਾ ਯੰਤਰਿਕ ਯਾਨੀ ਮਕੈਨੀਕਲ ਚੀਜ਼ਾਂ ਨੂੰ ਠੀਕ ਹੈ ਉਹਨੂੰ ਕਹਿ ਲੋ ਤੋੜਪਨ ਕਰਨਾ ਤੋੜਪਨ ਕੇ ਨਵੇਂ-ਨਵੇਂ ਚੀਜ਼ ਬਣਾਉਣਾ ਸਿੱਖਣਾ ਉਹ ਚੀਜ਼ਾਂ ਜਿਹੜੀਆਂ ਕਿ ਇਹਦੇ ਵਿੱਚ ਆ ਜਾਣੀਆਂ ਨੇ ਮਕੈਨੀਕਲ ਸਕਿਲਸ ਚਾ ਚਿਲड्रन ਵਿਦ ਮਕੈਨੀਕਲ ਸਕਿਲਸ ਕਿਹੜੇ ਹੁੰਦੇ ਨੇ ਜਿਹੜੀ ਕਿ ਯੰਤਰਿਕ ਯੋਗਤਾ ਵਾਲੇ ਬੱਚੇ ਹੁੰਦੇ ਨੇ ਕਲੀਅਰ ਹੈ ਉਸ ਤੋਂ ਬਾਅਦ ਥਰਡ ਟਾਈਪ ਦੇ ਬੱਚੇ ਹੁੰਦੇ ਨੇ ਜਿਹੜੇ ਹੁੰਦੇ ਨੇ ਵਿਦਿਅਕ ਯੋਗਤਾ ਵਾਲੇ ਯਾਨੀ ਕਿ ਜਿਨ੍ਹਾਂ ਦੇ ਵਿੱਚ ਸਿਰਫ ਸਟੱਡੀ ਦੇ ਰਿਲੇਟਿਡ ਇੰਟਰਸਟ ਹੁੰਦਾ ਹੈ ਅਕੈਡੈਮਿਕ ਐਬਿਲਿਟੀ ਹੁੰਦੀ ਹੈ ਇਹ ਬੱਚੇ ਜਿਹੜੇ ਨੇ ਸਰਲ ਹੁੰਦੇ ਨੇ ਇਹਨਾਂ ਦੀ ਬੁੱਧੀ ਨਾਰਮਲ ਹੁੰਦੀ ਹੈ ਇਹਨਾਂ ਨੂੰ ਪੜਾਇਆ ਜਾ ਸਕਦਾ ਹੈ ਸੁਣਾਇਆ ਜਾ ਸਕਦਾ ਹੈ ਸਿਖਾਇਆ ਜਾ ਸਕਦਾ ਹੈ ਇਹ ਕੋਈ ਲੌਜੀਕ ਨਹੀਂ ਭਾਲਦੇ ਹੈਗੇ ਇਹਨੂੰ ਜਿਵੇਂ ਤੁਸੀਂ ਕਹੋਗੇ ਉਵੇਂ ਸਮਝ ਜਾਣਗੇ ਠੀਕ ਹੈ ਇਹ ਪ੍ਰਸ਼ਨ ਪੁੱਛਦੇ ਨੇ ਲੇਕਿਨ ਸਾਇੰਟੀਫਿਕ ਲੈਵਲ ਤੇ ਨਹੀਂ ਪੁੱਛਦੇ ਹੈਗੇ ਇਹਨਾਂ ਦੀਆਂ ਰੁਚੀਆਂ ਅਲੱਗ-ਅਲੱਗ ਟਾਈਪ ਦੀਆਂ ਹੁੰਦੀਆਂ ਨੇ ਅਲੱਗ-ਅਲੱਗ ਟੌਪਿਕਸ ਦੇ ਵਿੱਚ ਜਿਹੜੀਆਂ ਨੇ ਟੌਪਿਕ ਹੁੰਦੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਠੀਕ ਹੈ ਬੱਚੇ ਜਿਹੜਨੇ ਇਹ ਕਿਤਾਬਾਂ ਦੇ ਵਿੱਚੋਂ ਜ਼ਿਆਦਾ ਸਿੱਖਦੇ ਨੇ ਜਿਸ ਨੂੰ ਕਿ ਆਪਾਂ ਅਕਾਡੈਮਿਕ ਕਹਿ ਲਓ ਇੰਟਰਸਟ ਹੁੰਦਾ ਹੈ ਇਹਨਾਂ ਦਾ ਖੇਡਾਂ ਦੇ ਵਿੱਚ ਪੜ੍ਹਾਈ ਦੇ ਵਿੱਚ ਇਹਨਾਂ ਦੇ ਵਿੱਚ ਜਿਹੜਾ ਕਹਿ ਲਓ ਜ਼ਿਆਦਾ ਇੰਟਰਸਟ ਹੁੰਦਾ ਹੈ ਨਾ ਕਿ ਸਾਇੰਸ ਦੇ ਵਿੱਚ ਨਾਹੀਂ ਮਕੈਨੀਕਲ ਦੇ ਵਿੱਚ ਕਲੀਅਰ ਹੈ ਤੇ ਲਾਸਟ ਟਾਈਪ ਦੇ ਬੱਚੇ ਹੁੰਦੇ ਨੇ ਜਿਹੜੇ ਹੁੰਦੇ ਨੇ ਕਲਾਤਮਕ ਯੋਗਤਾ ਵਾਲੇ ਕਲਾਤਮਕ ਯੋਗਤਾ ਵਾਲੇ ਕਿਹੜੇ ਹੁੰਦੇ ਨੇ ਆਰਟਿਸਟਿਕ ਟੈਲੈਂਟ ਵਾਲੇ ਜ ਹਣਾ ਡਰਾਇੰਗ ਚਿੱਤਰ ਬਣਾਉਣੇ ਹੋਗੇ ਇਹਨਾਂ ਦੇ ਵਿੱਚ ਬੱਚਾ ਜਿਆਦਾ ਟਾਈਮ ਸਪੈਂਡ ਪਸੰਦ ਕਰਦਾ ਹੈ ਡਰਾਇੰਗ ਚਿੱਤਰਕਲਾ ਮੂਰਤੀਕਲਾ ਉਹ ਆਪਣੇ అనుభవਾਂ ਨੂੰ ਭਾਵਨਾਵਾਂ ਨੂੰ ਇੱਕ ਕਲਾ ਦੇ ਮੈਥਡ ਰਾਹੀਂ ਦਿਖਾਉਂਦਾ ਹੈ ਠੀਕ ਹੈ ਉਹਨੂੰ ਡਰਾਇੰਗ ਕਰਨਾ ਪਸੰਦ ਆਇਆ ਮਿੱਟੀ ਨਾਲ ਮਾਡਲ ਬਣਾਉਂਦਾ ਏ ਉਹ ਆਪਣੇ ਟੈਲੈਂਟ ਨੂੰ ਸਕਿੱਲ ਨੂੰ ਕਰਦੇ ਹੋਏ ਬਹੁਤ ਖੁਸ਼ੀ ਮਹਿਸੂਸ ਕਰਦਾ ਏ ਠੀਕ ਹੈ ਨਵੇਂ-ਨਵੇਂ ਮਟੀਰੀਅਲ ਦੇ ਨਵੇਂ-ਨਵੇਂ ਐਕਸਪੀਰੀਅੰਸ ਦੇ ਰਹੀਂ ਸਿੱਖਦਾ ਏ ਤਾਂ ਹੁੰਦੇ ਨੇ ਕਲਾਤਮਕ ਯੋਗਤਾ ਵਾਲੇ ਬੱਚੇ ਤਾਂ ਫੋਰ ਟਾਈਪ ਦੇ ਬੱਚੇ ਦੱਸਿਆ ਸੀ ਮੈਂ ਤੁਹਾਨੂੰ ਐਜ਼ ਅ ਸਾਇੰਟਿਫਿਕ ਇਨਵੈਸਟੀਗੇਟਰ ਫਰਸਟ ਹੁੰਦੇ ਨੇ ਜਿਨ੍ਹਾਂ ਦੀ ਦਿਮਾਗ ਐਜ਼ ਅ ਸਾਇੰਸ ਵਾਲੇ ਹੁੰਦੇ ਨੇ ਵਿਗਿਆਨਿਕ ਯੋਗਤਾ ਵਾਲੇ ਹੁੰਦੇ ਨੇ ਠੀਕ ਹੈ ਦੂਜੇ ਹੁੰਦੇ ਨੇ ਇੰਤਰੀ ਯੋਗਤਾ ਵਾਲੇ ਯਾਨੀ ਮਕੈਨਿਕਲ ਸਕਿੱਲਸ ਵਾਲੇ ਥਰਡ ਹੁੰਦੇ ਨੇ ਜਿਨ੍ਹਾਂ ਦੇ ਪੜ੍ਹਾਈ ਦੇ ਵਿੱਚ ਧਿਆਨ ਹੁੰਦਾ ਹੈ ਮਕੈਨੀ ਵਿੱਦਿਅਕ ਯੋਗਤਾ ਵਾਲੇ ਠੀਕ ਹੈ ਅਕੈਡੈਮਿਕ ਐਬਿਲਿਟੀ ਹੁੰਦੀ ਹੈ ਤੇ ਲਾਸਟ ਹੁੰਦੀ ਹੈ ਕਲਾਤਮਕ ਯੋਗਤਾ ਯਾਨੀ ਜਿਨ੍ਹਾਂ ਦੇ ਵਿੱਚ ਕੋਈ ਆਰਟ ਹੁੰਦਾ ਹੈ ਕੋਈ ਟੈਲੈਂਟ ਹੁੰਦਾ ਹੈ ਕੋਈ ਕਲਾ ਹੁੰਦੀ ਹੈ ਠੀਕ ਹੈ ਤਾਂ ਇਹ ਚਾਰ ਤਰੀਕੇ ਦੇ ਬੱਚੇ ਜਿਹੜੇ ਐਜ਼ ਅ ਲਰਨਰ ਦੇ ਤੌਰ ਤੇ ਕੰਮ ਕਰਦੇ ਨੇ ਠੀਕ ਹੈ ਉਹਨਾਂ ਦਾ ਇੰਟਰਸਟ ਦਿੱਤੇ ਹੀ ਡਿਪੈਂਡ ਕਰਦਾ ਹੈ ਕਲੀਅਰ ਹੈ ਹੁਣ ਉਸ ਤੋਂ ਬਾਅਦ ਅੱਗੇ ਹੈਗਾ ਆਪਣੇ ਕੋਲ 5 ਇਫੈਕਟਿਵ ਪ੍ਰੋਬਲਮ ਸੋਲਵਿੰਗ ਸਟ੍ਰੈਟਜਿਸ ਇਹਨੂੰ ਤੁਸੀਂ ਦੇਖ ਕੇ ਪੜ੍ਹ ਸਕਦੇ ਹੋ ਜੀ ਟ੍ਰਾਇਲ ਐਂਡ ਐਰਰ ਕੋਸ਼ਿਸ਼ ਕਰਦੇ ਰਹੋ ਸਿੱਖ ਜਾਏਗਾ ਬੱਚਾ ਹਨਾ ਅੱਗੇ ਆਪਾਂ ਕਹਿ ਲੋ ਵੀ ਕਿਸੇ ਪਜ਼ਲ ਨੂੰ ਸੋਲਵ ਕਰਦੇ ਆਉਂਦੇ ਰਹੀ ਤਾਂ ਇਹ ਕੁਝ ਸਟ੍ਰੈਟਜਿਸ ਹੁੰਦੀਆਂ ਨੇ ਜਿਹਦੇ ਨਾਲ ਅਸੀਂ ਪ੍ਰੋਬਲਮ ਨੂੰ ਸੋਲਵ ਕੀਤਾ ਜਾ ਸਕਦਾ ਹੈ ਕਲੀਅਰ ਹੈ ਤਾਂ ਇਹਦੇ ਨਾਲ ਆਪਣਾ ਸਾਰਾ ਚੈਪਟਰ ਕਵਰ ਹੋ ਗਿਆ ਹੁਣ ਕੁਝ ਕੁਐਸਚਨਸ ਰਹਿ ਗਏ ਪ੍ਰੀਵੀਅਸ ইয়ার ਕੁਐਸਚਨ ਪੇਪਰ ਦੇ ਉਹ ਆਪਾਂ ਸੋਲਵ ਕਰ ਲੈਣੇ ਆ ਇਸ ਚੈਪਟਰ ਦੇ ਵਿੱਚੋਂ 6-7 ਕੁਐਸਚਨ ਨੇ ਫਟਾਫਟ ਸੋਲਵ ਕਰ ਦਨੇ ਆ ਫਿਰ ਆਪਣਾ ਇਹ ਸਾਰਾ ਚੈਪਟਰ ਜਿਹੜਾ ਕੰਪਲੀਟ ਹੈ ਕਵਸਚਨ ਹੈ ਜੀ ਹੇਠ ਲਿਖਿਆ ਵਿੱਚੋਂ ਕਿਹੜਾ ਇੱਕ ਬੱਚੇ ਦੀ ਮੁਕਾਬਲੇ ਦੀ ਸ਼ਕਤੀ ਅਤੇ ਆਪਣਾ ਕੰਮ ਕਰਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਫਰਸਟ ਆਪਸ਼ਨ ਹੈ ਬੱਚੇ ਨੂੰ ਚੁਣੌਤੀਪੂਰਨ ਕੰਮ ਦੋ ਬਿਲਕੁਲ ਬੱਚੇ ਨੂੰ ਜੇਕਰ ਅਪ ਚੁਣੌਤੀਪੂਰਨ ਕੰਮ ਦਵਾਵਾਂਗੇ ਬੱਚਾ ਜ਼ਿਆਦਾ ਸਿੱਖੇਗਾ ਸੈਕਿੰਡ ਹੈ ਜ਼ਿਆਦਾ ਮੁਕਾਬਲੇ ਤੇ ਹੋਰ ਪਰਸਥਿਤੀਆਂ ਜਿਨ੍ਹਾਂ ਵਿੱਚ ਵਿਦਿਆਰਥੀ ਆਪਣੇ ਸਾਥੀਆਂ ਦੀ ਤੁਲਨਾ ਵਿੱਚ ਆਪ ਨੂੰ ਨਾ ਕਰੇ ਤਾਂ ਇਹ ਸੈਕਿੰਡ ਵਾਲਾ ਪੁਆਇੰਟ ਕਿਤੇ ਨਾ ਕਿਤੇ ਗਲਤ ਹੈ ਕਿਉਂਕਿ ਉਹਨਾਂ ਨੇ ਕਿਹਾ ਤੁਲਨਾ ਜਿੱਥੇ ਤੁਲਨਾ ਹੋਗੀ ਉੱਥੇ ਜਿਹੜਾ 네ਗੇਟਿਵ ਪੁਆਇੰਟ ਹੈ ਠੀਕ ਹੈ ਥਰਡ ਹੈ ਬੱਚਿਆਂ ਨੂੰ ਸ਼ਾਬਾਸ਼ੀ ਠੀਕ ਹੈ ਜੋ ਨਹੀਂ ਕਰ ਸਕਦੇ ਜੋ ਕਰ ਸਕਦੇ ਨੇ ਉਹਨਾਂ ਨੂੰ ਵੀ ਸਭ ਨੂੰ ਇਹ ਵੀ ਠੀਕ ਹੈ ਲਾਸਟ ਹੈ ਵਿਦਿਆਰਥੀਆਂ ਵਿੱਚ ਠੋਸ ਮੈਕੈਨਿਜ਼ਮ ਵਿਕਸਿਤ ਕਰਨਾ ਤਾਂ ਕਿ ਉਹ ਸਮੇਂ ਦੇ ਨਾਲ-ਨਾਲ ਵਿਕਾਸ ਨੂੰ ਜਾਣਨ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4th ਜਿਹਦੇ ਵਿੱਚ ਫਰਸਟ 3rd 4th ਤਿੰਨੋਂ ਆ ਗਏ ਯਾਨੀ ਸੈਕਿੰਡ ਨੂੰ ਛੱਡ ਕੇ ਬਾਕੀ ਤਿੰਨੋਂ ਆਪਸ਼ਨ ਜਿਹੜਦੇ ਨੇ ਉਹ ਸਹੀ ਨੇ ਬੱਚ ਨੂੰ ਸਿੱਖਣ ਦੇ ਵਿੱਚ ਮਦਦ ਕਰ ਰਹੇ ਨੇ ਸੈਕਿੰਡ ਅਜਾਦੀ ਕਬੱਚਾ ਰੰਗਾਂ ਤੇ ਲੰਬਾਈ ਯਾਨੀ ਰੰਗੋਂ ਨੂੰ ਫਰਕ ਪਤਾ ਲੱਗ ਗਿਆ ਕਿਹੜਾ ਰੰਗ ਕਿਵੇਂ ਆ ਤੇ ਲੰਬਾਈ ਪਤਾ ਲੱਗ ਗਈ ਕਿਹੜੀ ਵੱਡੀ ਆ ਕਿਹੜੀ ਛੋਟੀ ਆ ਇਹਨਾਂ ਦੋ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਦੋ ਬਲਾਕਾਂ ਨੂੰ ਵੱਖ ਕਰਦਾ ਹੈ ਤਾਂ ਉਹ ਕਿਹੜੀ ਯੋਗਤਾ ਹੋਊਗੀ ਤਾਂ ਹੋਊਗੀ ਡੀਸੈਂਟਰਿੰਗ ਯਾਨੀ ਭੇਦ ਕਰਨਾ ਬੱਚਾ ਵੱਖਰਾ ਵੱਖਰੇਕਰਨ ਕਰਨਾ ਸਿੱਖ ਗਿਆ ਅਲੱਗ-ਅਲੱਗ ਕਰਨਾ ਰੰਗਾਂ ਦੇ ਆਧਾਰ ਤੇ ਲੰਬਾਈ ਦੇ ਆਧਾਰ ਤੇ ਠੀਕ ਹੈ ਜੀ ਅਗਲਾ ਕੁਸ਼ਨ ਹੈ ਵਿਦਿਆਰਥੀ ਆਪਣੇ ਲਿਖਤ ਸਮਗਰੀ ਦਾ ਬੋਧ ਵਧਾ ਸਕਦੇ ਨੇ ਜੇਕਰ ਉਹ SQ4R ਨੀਤੀ ਅਪਣਾਉਣ री SQ4R ਦੀ ਕੀ ਮਤਲਬ ਹੁੰਦਾ ਹੈ SQR ਯਾਨੀ ਸਰਵੇ ਕੁਸ਼ਨ ਰੀਡ ਰੀਸਾਈਟ ਰਾਈਟ ਐਂਡ ਰਿਵਿਊ ਇਹਨੂੰ ਯਾਦ ਰੱਖਿਓ SQ4R ਸਰਵੇ ਕੁਸ਼ਨ ਰੀਡ ਰੀਸਾਈਟ ਰਾਈਟ ਰਿਵਿਊ ਇਹ ਵੈਰੀ ਵੈਰੀ ਇੰਪੋਰਟੈਂਟ ਹੈ ਇਹ ਕੁਸ਼ਨ ਆਉਂਦਾ ਹੀ ਆਉਂਦਾ ਹੈ ਇਹਨੂੰ ਕਾਪੀ ਤੇ ਜ਼ਰੂਰ ਨੋਟ ਕਰ ਲਿਓ ਫੁੱਲ ਫਾਰਮ ਨੂੰ ਅਗਲਾ ਕੁਸ਼ਨ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਪੜਨ ਦੀ ਸਮੱਸਿਆ ਵਾਲਾ ਇਸ਼ਾਰਾ ਨਹੀਂ ਕਰਦਾ ਫਸਟ ਹੈ ਸ਼ਬਦਾਂ ਨੂੰ ਦੇਖਣ ਪੜਨ ਵਿੱਚ ਸਮੱਸਿਆ ਅੱਖਰਾਂ ਤੇ ਧੁਨੀਆਂ ਦਾ ਸਬੰਧ ਠੀਕ ਨਾਲ ਨਾ ਸਮਝਣਾ ਦੇਖੋ ਸਮੱਸਿਆ ਆ ਰਹੀ ਹੈ ਦੇਖਣ ਪੜਨ ਦੇ ਵਿੱਚ ਪੜਨ ਦੇ ਰਿਲੇਟਿਡ ਸਮੱਸਿਆ ਹੈ ਠੀਕ ਹੈ ਅੱਖਰਾਂ ਦੇ ਧੁਨੀਆਂ ਦੇ ਵਿੱਚ ਸਮੱਸਿਆ ਆ ਰਹੀਆਂ ਤਾਂ ਵੀ ਪੜਨ ਦੇ ਰਿਲੇਟਿਡ ਹੈ ਪੈਰਾ ਰਚਨਾ ਦਾ ਸਾਰ ਤੱਤ ਦੱਸਣ ਵਿੱਚ ਅਸਮਰੱਥਾ ਤੇ ਲਾਸਟ ਹੈ ਥੀਮੇ ਸੁਰਤ ਦੇ ਰਿਕ ਕੋ ਲੈਜਨ ਨਾਲ ਪੜਨਾ ਪਹਿਲੀ ਦੋ ਤੇ ਲਾਸਟ ਵਾਲਾ ਪੜਨ ਦੇ ਰਿਲੇਟਿਡ ਹੈ ਜਿਹੜਾ ਲਾਸਟ ਵਾਲਾ ਪੜਨ ਦੇ ਰਿਲੇਟਿਡ ਨਹੀਂ ਬਲਕਿ ਬੋਲਣ ਦੇ ਰਿਲੇਟਿਡ ਹੈ ਕਿ ਕਹਤਾ ਇਹਨਾਂ ਨੇ ਕੀ ਪੁੱਛਿਆ ਸੀ ਪੜਨ ਦੀ ਸਮੱਸਿਆ ਵਾਲਾ ਇਸ਼ਾਰਾ ਨਹੀਂ ਕਰਦਾ ਤਾਂ ਇਹਦਾ ਰਾਈਟ ਆਨਸਰ ਹੋਏਗਾ ਜੋ অপਸ਼ਨ ਨੰਬਰ 3 ਜੇਕਰ ਤੁਹਾਨੂੰ ਕੋਈ ਕਨਫਿਊਜ਼ਨ ਹੁੰਦੀ ਹੈ ਤੁਸੀਂ ਵੀਡੀਓ ਨੂੰ ਰੋਕ ਕੇ ਧਿਆਨ ਦੇ ਨਾਲ ਕੁਐਸਚਨ ਨੂੰ ਸਮਝ ਲਿਆ ਕਰੋ ਪਹਿਲਾਂ ਠੀਕ ਹੈ ਇੱਕ ਹੀ ਸਥਿਤੀ ਤੇ ਪੂਰਾ ਧਿਆਨ ਦੇਣ ਦੀ ਪ੍ਰਵਿਰਤੀ ਤੇ ਬਾਕੀ ਹੋਰ ਚੀਜ਼ਾਂ ਨੂੰ ਬੇਧਿਆਨ ਕਰਨ ਦੇ ਸੁਭਾ ਨੂੰ ਕੀ ਕਹਿ ਦਿੰਨੇ ਆ ਯਾਨੀ ਇੱਕ ਚੀਜ਼ ਤੇ ਆਪਾਂ ਫੋਕਸ ਕਰ ਰਹੇ ਆ ਤੇ ਬਾਕੀ ਚੀਜ਼ਾਂ ਆਪਾਂ ਨੇ ਬਲਰ ਕਰਤੀਆਂ ਉਹਨੂੰ ਆਪਾਂ ਕੀ ਕਹਾਂਗੇ ਕੇਂਦਰੀਕਰਨ ਯਾਨੀ ਸੈਂਟਰੇਸ਼ਨ ਸੈਂਟਰੇਸ਼ਨ ਹੁੰਦਾ ਜਦੋਂ ਆਪਣਾ ਇੱਕ ਚੀਜ਼ ਤੇ ਫੋਕਸ ਹੁੰਦਾ ਹੈ ਸੈਂਟਰ ਤੇ ਫੋਕਸ ਹੁੰਦਾ ਹੈ ਕਲੀਅਰ ਹੈ ਬਾਕੀ ਚੀਜ਼ਾਂ ਜਿਹੜੀਆਂ ਨੇ ਬੇਧਿਆਨ ਹੋ ਜਾਂਦੀਆਂ ਨੇ ਕਲੀਅਰ ਹੈ ਜੀ ਤਾਂ ਇਹ ਕੁਝ ਪ੍ਰੀਵਿਅਸ ইয়ার ਕੁਐਸਚਨ ਸੀਗੇ ਜਿਹੜੇ ਆਪਾਂ ਨੇ ਕਵਰ ਕਰੇ ਨੇ ਇਸ ਤੋਂ ਬਿਨਾ ਇੱਕ ਥਿਊਰੀ ਹੈ ਜੀ ਜਿਸ ਦਾ ਨਾਮ ਹੈ ਟ੍ਰਾਇਲ ਐਂਡ ਐਰਰ ਲਰਨਿੰਗ ਥਿਊਰੀ ਜਿਹੜੀ ਕਿ ਥੋਰਨਡਾਈਕ ਦੇ ਦੁਆਰਾ ਦਿੱਤੀ ਗਈ ਸੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੀ ਇਸ ਥਿਊਰੀ ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਯਤਨ ਅਤੇ ਭੁੱਲਣ ਦੀ ਥਿਊਰੀ ਟ੍ਰਾਇਲ ਐਂਡ ਐਰਰ ਦੀ ਥਿਊਰੀ ਯਤਨ ਅਤੇ ਭੁੱਲਣਾ ਠੀਕ ਹੈ ਇਹ ਦਿੱਤੀ ਗਈ ਸੀ ਥੋਰਨਡाइक ਦੇ ਦੁਆਰਾ ਇਸ ਦੇ ਵਿੱਚ ਕੁਝ ਉਹਨਾਂ ਨੇ ਕਨਸੈਪਟ ਦਿੱਤੇ ਸੀ ਜਿਵੇਂ ਮੋਟੀਵੇਸ਼ਨ ਦੇ ਐਕਸਪਲੋਰੇਸ਼ਨ ਦੇ ਰਿਵਾਰਡ ਦੇ ਇਹ ਤੁਸੀਂ ਇੱਥੇ ਪੜ੍ਹ ਸਕਦੇ ਹੋ ਇਹਨਾਂ ਨੇ ਇੱਕ ਬਿੱਲੀ ਦੇ ਰਾਹੀਂ ਐਕਸਪੈਰੀਮੈਂਟ ਕਰਿਆ ਸੀ ਜਿਸ ਦੇ ਵਿੱਚ ਬਾਰ-ਬਾਰ ਬਿੱਲੀ ਜਿਹੜੀ ਆ ਕੋਸ਼ਿਸ਼ ਕਰ ਰਹੀ ਸੀ ਠੀਕ ਹੈ ਤੇ ਐਂਡ ਦੇ ਵਿੱਚ ਇੱਕ ਰਿਵਾਰਡ ਮਿਲਦਾ ਯਾਨੀ ਉਹ ਜਦੋਂ ਕੋਸ਼ਿਸ਼ ਕਰਦੀ ਕਰਦੀ ਸਫਲ ਹੋ ਜਾਂਦੀ ਹੈ ਤਾਂ ਉਹਨੂੰ ਖਾਣਾ ਮਿਲ ਜਾਂਦਾ ਇੱਕ ਤਰੀਕੇ ਨਾਲ ਉਹਦਾ ਆਊਟਕਮ ਹੁੰਦਾ ਹੈ ਠੀਕ ਹੈ ਮੋਟੀਵੇਸ਼ਨ ਹੁੰਦਾ ਜਦੋਂ ਉਹਨੂੰ ਕੋਈ ਚੀਜ਼ ਪ੍ਰਾਪਤ ਕਰਨੀ ਹੈ ਤੇ ਉਹਦੇ ਅੰਦਰ ਜਿਹੜੀ ਪ੍ਰੇਰਣਾ ਹੈ ਉਹਦੇ ਅੰਦਰ ਜਿਹੜੀ ਆਗਿਆ ਉਹਨੂੰ ਆਪਾਂ ਮੋਟੀਵੇਸ਼ਨ ਕਹਿ ਦਿੰਨੇ ਆ ਹਨਾ ਅਟੈਂਪਟ ਹੁੰਦਾ ਜਦੋਂ ਬਾਰ ਬਾਰ ਉਹ ਕੋਸ਼ਿਸ਼ ਕਰ ਰਹੇ ਨੇ ਤਾਂ ਵੈਰੀ ਵੈਰੀ ਇੰਪੋਰਟੈਂਟ ਥਿਉਰੀ ਹੈ ਇਹਨੂੰ ਵੀ ਤੁਸੀਂ ਜਿਹੜਾ ਪੜ ਸਕਦੇ ਹੋ ਕਲੀਅਰ ਹੈ ਜੀ ਤਾ ਹੁਣ ਇਸ ਥਿਉਰੀ ਦੇ ਵਿੱਚ ਕੁਝ ਕੁਐਸਚਨਸ ਨੇ 2 ਤੋਂ 3 ਉਹ ਵੀ ਕਵਰ ਕਰ ਲਓ ਮਮਤਾ ਦੇ ਬਾਰੇ ਦੇਖਿਆ ਗਿਆ ਹੈ ਕਿ ਟੈਲੀਫੋਨ ਨੰਬਰ ਯਾਦ ਕਰਨ ਦੇ ਵਿੱਚ ਉਹ ਨੰਬਰ ਨੂੰ ਡਾਇਲ ਕਰਨ ਤੋਂ ਪਹਿਲਾਂ ਕਈ ਵਾਰ ਆਪ ਦੋਹਰਾਉਂਦੀ ਆ ਉਹਨੂੰ ਆਪਾਂ ਕੀ ਕਹਾਂਗੇ ਫਸਟ ਹੈ ਚੰਕਿੰਗ ਯਾਨੀ ਟੋਟਿਆਂ ਦੇ ਵਿੱਚ ਯਾਦ ਕਰਨਾ ਚੰਕਸ ਦੇ ਵਿੱਚ ਯਾਦ ਕਰਨਾ ਸੈਕੰਡ ਹੈ ਵਿਜ਼ੂਅਲਾਈਜੇਸ਼ਨ ਯਾਨੀ ਦੇਖਣ ਸ਼ਕਤੀ ਦੇ ਦੁਆਰਾ ਯਾਦ ਕਰਨਾ ਥਰਡ ਹੈ ਵਿਸਤਾਰ ਸ਼ਕਤੀ ਯਾਨੀ ਇਲੈਬੋਰੇਸ਼ਨ ਤੇ ਲਾਸਟ ਹੈ ਰਿਹਰਸਲ ਯਾਨੀ ਦੁਹਰਾਓ ਤਾਂ ਜਦੋਂ ਪਹਿਲਾਂ ਆਪ ਦੁਹਰਾ ਰਹੀ ਆ ਉਹਨੂੰ ਆਪਾਂ ਕਹਾਂਗੇ ਰਿਹਰਸਲ ਕਰਨਾ ਦੁਹਰਾਣਾ ਉਹ ਦੁਹਰਾ ਰਹੀ ਹੈ ਇਸ ਕਰਕੇ ਤਾਂ ਕਿ ਉਹਨੇ ਜਿਹੜਾ ਨੰਬਰ ਹੈ ਉਹ ਗਲਤ ਡਾਇਲ ਨਾ ਕਰੇ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਹੋਏਗਾ ਜੀ ਦੁਹਰਾਓ ਦੇਖੋ ਇਸ ਤਰੀਕੇ ਦੇ ਕਨਸੈਪਟ ਪੁੱਛੇ ਜਾਂਦੇ ਨੇ ਇਸ ਤਰੀਕੇ ਦੇ ਕੁਐਸਚਨ ਪੁੱਛੇ ਜਾਂਦੇ ਨੇ ਐਗਜ਼ਾਮਪਲ ਦੇ ਦੇ ਕੇ ਐਗਜ਼ਾਮਪਲ ਤਾਂ ਦਿੱਤੀ ਜਾਂਦੀ ਹੈ ਤਾਂ ਕਿ ਕੁਐਸਚਨ ਜਿਹੜਾ ਲੈਂਥੀ ਹੋ ਜੇ ਤੇ ਬੱਚੇ ਜਿਹੜੇ ਨੇ ਸੋਲਵ ਕਰਨ ਦੇ ਵਿੱਚ ਟਾਈਮ ਲੈਂਣ ਠੀਕ ਹੈ ਅਗਲਾ ਕੋਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਉਚਿਤ ਹੈ ਫਸਟ ਹੈ ਭਾਵਨਾਵਾਂ ਸਿੱਖਣ ਪ੍ਰਕਿਰਿਆ ਨੂੰ ਬਿਲਕੁਲ ਵੀ ਪ੍ਰਭਾਵਿਤ ਨਹੀਂ ਕਰਦੀਆਂ ਇਹ ਤਾਂ ਗਲਤ ਹੈ ਜੇਕਰ ਉਹਦੀ ਫੀਲਿੰਗ ਹੀ ਨਹੀਂ ਹੋਣਗੀਆ ਬੱਚਾ ਕੀ ਸਿੱਖੇਗਾ ਸੈਕਿੰਡ ਹੈ ਭਾਵਨਾਵਾਂ ਸਿੱਖਣ ਪ੍ਰਕਿਰਿਆ ਵਿੱਚ ਤਿੱਬਰਤਾ ਜਾਂ ਰੁਕਾਵਟ ਦੋਵੇਂ ਪੈਦਾ ਕਰ ਸਕਦੀਆਂ ਨੇ ਇਹ ਠੀਕ ਹੈ ਦੇਖੋ ਕਿਤੇ ਨਾ ਕਿਤੇ ਆਪਣੇ ਫੀਲਿੰਗਸ ਜਿਹੜੀਆਂ ਨੇ ਆਪਣੇ ਲਈ ਸਹੀ ਕੰਮ ਵੀ ਕਰਦੀਆਂ ਨੇ ਕਿਤੇ ਕਿਤੇ 네ਗੇਟਿਵ ਹੈਨਾ ਆਪਣਾ ਮੂਡ ਕਿਸੇ ਚੀਜ਼ ਨੂੰ ਸਿੱਖਣ ਦਾ ਨਹੀਂ ਹੈਗਾ ਉਹ 네ਗੇਟਿਵ ਹੋ ਗਿਆ ਆਪਣਾ ਮੂਡ ਬਹੁਤ ਜ਼ਿਆਦਾ ਇੰਟਰਸਟ ਹੈ ਉਹ ਕੀ ਹੋ ਗਿਆ ਫਾਇਦੇਮੰਦ ਹੋ ਗਿਆ ਤਾਂ ਦੋਨੋਂ ਤਰੀਕੇ ਦੇ ਨੇ অপਸ਼ਨ ਹੋ ਸਕਦੇ ਨੇ ਕਲੀਅਰ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੋ অপਸ਼ਨ ਨੰਬਰ 2 ਨੈਕਸਟ ਕੁਐਸਚਨ ਹੈ ਲिटल ਅਲਬਰਟ ਤੇ ਕਿਸ ਨੇ অনুকূল ਦੁਆਰਾ ਸਿਖਲਾਈ ਸੰਬੰਧੀ ਪ੍ਰਸਿੱਧ ਪ੍ਰਯੋਗ ਕੀਤਾ ਸੀ ਯਾਨੀ ਕਿ ਹੂ ਕੰਡਕਟਡ ਦਾ ਫੇਮਸ ਐਕਸਪੈਰੀਮੈਂਟ ਅਬਾਊਟ ਲਰਨਿੰਗ ਥਰੂ ਕੰਡੀਸ਼ਨਿੰਗ ਔਨ ਲिटल ਅਲਬਰਟ ਤਾਂ ਇਹ ਕਿਤੀ ਸੀ ਜੀ ਵਾਟਸਨ ਨੇ ਇਹਨੂੰ ਜ਼ਰੂਰ ਕਾਪੀ ਤੇ ਨੋਟ ਕਰ ਲਿਓ ਇਹ ਇੰਪੋਰਟੈਂਟ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੈ ਹੇਠ ਲਿਖਿਆ ਵਿੱਚੋਂ ਕਿਸ ਨੂੰ ਛੱਡ ਕੇ ਅਧਿਆਪਕ ਸਮੱਸਿਆ ਸੁਲਝਾਉਣ ਨੂੰ ਵਿਦਿਆਰਥੀਆਂ ਲਈ ਮਜ਼ੇਦਾਰ ਬਣਾ ਸਕਦਾ ਹੈ ਫਰਸਟ ਯਰ ਰਿਕਵਰਡ ਤੇ ਬਿਨਾ ਖੇਡਣ ਲਈ ਖੁੱਲਾ ਸਮਾਂ ਦੇ ਕੇ ਸੈਕਿੰਡ ਹੈ ਸਿਰਜਣਾਤਮਕ ਸੋਚ ਲਈ ਅਸੀਮਤ ਮੌਕੇ ਦੇ ਕੇ ਥਰਡ ਹੈ ਵਿਦਿਆਰਥੀਆਂ ਤੋਂ ਉਤਕ੍ਰਿਸ਼ਟਤਾ ਦੀ ਉਮੀਦ ਰੱਖ ਕੇ ਜਦੋਂ ਉਹ ਕਿਸੇ ਕਾਰਜ ਨੂੰ ਆਪਣੇ ਆਪ ਕਰ ਰਹੇ ਹੋਣ ਤੇ ਲਾਸਟ ਹੈ ਖੁੱਲੀ ਸਮੱਗਰੀ ਮੁਹੱਈਆ ਕਰਵਾ ਕੇ ਕੁਐਸਚਨ ਕੀ ਪੁੱਛਿਆ ਹੈ ਕਿ ਕਿਸ ਤਰੀਕੇ ਨਾਲ ਬੱਚੇ ਨੂੰ ਜਿਹੜਾ ਮਜ਼ੇਦਾਰ ਬਣਾਇਆ ਜਾ ਸਕਦਾ ਹੈ ਕਿਸੇ ਸਮੱਸਿਆ ਨੂੰ ਸੁਲਝਾਉਣ ਦੇ ਲਈ ਤਾਂ ਇਹਦਾ ਮਤਲਬ ਹੈ ਕਿ ਬੱਚੇ ਨੂੰ ਆਪਣੇ ਆਪ ਕੰਮ ਕਰਨ ਦੇ ਲਈ ਆਪਣੇ ਆਪ ਜਦੋਂ ਉਹ ਕਰੇਗਾ ਠੀਕ ਹੈ ਕਿਸੇ ਵੀ ਆਪਾਂ ਕਹਿ ਲੋ ਵੀ ਪਰਫੈਕਸ਼ਨ ਪਰਫੈਕਟ ਆਪਾਂ ਕਹਿ ਦਿੰਨੇ ਆ ਵੀ ਪਰਫੈਕਟ ਹੋਣਾ ਚਾਹੀਦਾ ਛੋਟੇ ਬੱਚੇ ਤੋਂ ਆਪਾਂ ਪਰਫੈਕਸ਼ਨ ਨਹੀਂ ਭਾਲ ਸਕਦੇ ਉਹਨੂੰ ਜਿਸ ਤਰੀਕੇ ਨਾਲ ਆਏਗਾ ਉਹ ਕਰੇਗਾ ਹਨਾ ਯਾਨੀ ਕਿ ਪਰਫੈਕਸ਼ਨ ਦੇਖਣ ਤੋਂ ਬਿਨਾ ਜਦੋਂ ਬੱਚਾ ਆਪਣੇ ਆਪ ਕਰੇਗਾ ਉਹੀ ਸਹੀ ਹੈ ਦਾ ਰਾਈਟ ਆਨਸਰ ਹੋਏਗਾ অপਸ਼ਨ ਨੰਬਰ 3 ਲਾਸਟ ਪੁਆਇੰਟ ਹੈ ਜੀ ਕਿਹੜੇ ਪ੍ਰਯੋਜਨਾ ਨੂੰ ਪ੍ਰਾਤਮਿਕ ਪ੍ਰਯੋਜਨ ਕਹਿ ਦਿੰਨੇ ਆ ਯਾਨੀ ਵਿਚ ਆਫ ਦਾ ਫੋਲੋਇੰਗ ਮੋਟਿਵਜ਼ ਆਰ ਕਨਸੀਡਰਡ ਐਜ਼ ਅ ਪ੍ਰਾਇਮਰੀ ਮੋਟਿਵਜ਼ ਤਾਂ ਇਹਦਾ ਰਾਈਟ ਆਨਸਰ ਹੈ ਜੀ ਸਾਈ ਸਾਈਕੋਲੋਜੀਕਲ ਮੋਟਿਵਜ਼ ਯਾਨੀ ਕਿ ਸਰੀਰਕ ਕਿਰਿਆਤਮਕ ਪ੍ਰਯੋਜਨ ਵੈਰੀ ਵੈਰੀ ਇੰਪੋਰਟੈਂਟ ਹੈ ਜੀ ਇਹਨੂੰ ਜ਼ਰੂਰ ਤੁਸੀਂ ਯਾਦ ਰੱਖਿਓ ਪ੍ਰਾਇਮਰੀ ਮੋਟਿਵਜ਼ ਦੇ ਵਿੱਚ ਜਿਹੜਾ ਹੈ ਸਾਈਕੋਲੋਜੀਕਲ ਮੋਟਿਵਜ਼ ਆ ਜਾਂਦੇ ਨੇ ਕਲੀਅਰ ਹੈ ਤਾਂ ਇਹ ਹੈਗਾ ਸੀ ਆਪਣਾ ਚੈਪਟਰ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਤੋਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਜੇਕਰ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਪੂਰਾ ਪੀਡੀਐਫ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਅਵੇਲੇਬਲ ਹੋਵੇਗਾ ਵੀਡੀਓ ਕਿੱਦਾਂ ਦੀ ਲ ਇਸ ਦੇ ਨਾਲ ਹੀ ਆਪਣੇ ਇਹ ਸਾਰੇ ਟੌਪਿਕ ਜੜਨੇ ਕਵਰ ਹੋ ਗਏ ਹੁਣ ਸੀਡੀਪੀ ਦਾ ਆਪਣਾ ਪਹਿਲਾ ਏ ਬੀ ਸੀ ਤਿੰਨੋਂ ਪਾਰਟ ਕਵਰ ਹੋ ਗਏ ਹੁਣ ਆਪਣੇ ਦੋ ਟੌਪਿਕ ਰਹਿੰਦੇ ਨੇ ਸੀ ਪਾਰਟ ਦੇ ਵਿੱਚੋਂ ਜਿਹੜੇ ਹੈਗੇ ਨੇ ਇੰਪੋਰਟੈਂਟ ਮੋਟੀਵੇਸ਼ਨ ਦੀਆਂ ਕੁਝ ਥਿਊਰੀਆਂ ਨੇ ਇਮੋਸ਼ਨ ਦੀ ਇੱਕ ਥਿਊਰੀ ਆ ਉਹ ਜਿਹੜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੇ ਠੀਕ ਹੈ ਜੀ ਨੈਕਸਟ ਵੀਡੀਓ ਲੈ ਕੇ ਆਪਾਂ ਜਲਦੀ ਹਾਜ਼ਰ ਹੋਵਾਂਗੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਜੜ ਧੰਨਵਾਦ ਥੈਂਕ ਯੂ